ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਹੋ। ਜਿਵੇਂ ਕਿ ਤੁਹਾਨੂੰ ਪਤਾ ਕਿ ਸਾਰੇ ਲੋਕ ਕਹਿ ਰਹੇ ਨੇ, ਰਾਜਨੀਤਿਕ ਪੰਡਿਤ ਕਹਿ ਰਹੇ ਨੇ ਕਿ ਜਿਹੜਾ ਕਿਸਾਨ ਸੰਘਰਸ਼ ਹੈ ਇਹ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਲੈਂਡਸਕੇਪ ਜਿਹੜਾ ਹੈਗਾ, ਜਿਹਨੂੰ ਆਪਾਂ ਕਹਿੰਦੇ ਕਿ ਰੂਪ ਰੇਖਾ ਲੈ ਕੇ ਆਏਗਾ। ਬੇਸ਼ੱਕ ਭਾਰਤ ਦੀ ਸਰਕਾਰ ਇਸ ਗੱਲ 'ਤੇ ਅੜੀ ਹੈ, ਵਾਰ ਵਾਰ ਕਹਿ ਰਹੀ ਹੈ ਕਿ ਨਿਮਰਤਾ ਸਹਿਤ, ਪ੍ਰਧਾਨ ਮੰਤਰੀ ਜੀ ਕਹਿ ਰਹੇ ਨਿਮਰਤਾ ਸਹਿਤ ਮੈਂ ਸਿਰ ਝੁਕਾ ਕੇ ਕਹਿੰਦਾ ਕਿ ਕਿਸਾਨ ਦਾ ਹਰ ਸ਼ੰਕਾ ਦੂਰ ਕੀਤਾ ਜਾਊਗਾ। ਕਹਿਣ ਤੋਂ ਭਾਬੀ ਉਹ ਇਹ ਕਹਿ ਰਹੇ ਨੇ ਕਿ ਤੁਹਾਡੇ ਸ਼ੰਕੇ ਨੇ, ਤੁਹਾਨੂੰ ਬੁੱਧੂ ਬਣਾਇਆ ਜਾ ਰਿਹਾ, ਸਾਰਾ ਕੁਝ ਕੀਤਾ ਜਾ ਰਿਹਾ। ਚਲੋ ਉਹ ਤਾਂ ਪ੍ਰਧਾਨ ਮੰਤਰੀ ਜੀ ਦੀ ਗੱਲ ਹੈ, ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ, ਰਾਜਨੀਤਿਕ ਪਾਰਟੀਆਂ ਦੇ IT ਸੈੱਲ ਵੀ ਹੈਗੇ ਨੇ ਸਾਰੀਆਂ ਦੇ। ਮੈਂ ਕਿਸੇ ਨੂੰ ਇੱਕ 'ਤੇ ਟਿੱਪਣੀ ਨਹੀਂ ਕਰਦਾ, ਅੱਜ ਮੈਂ ਬੜਿਆਂ ਦੇ ਬੈਠੇ ਨੇ IT ਸੈੱਲ ਦੇ ਜਿਹੜੇ ਬੰਦੇ ਨੇ, ਜਿਹੜੇ ਕਿ ਕਈ ਬੰਦਿਆਂ ਨੂੰ ਗਾਲਾਂ ਕੱਢਣ ਦਾ ਕੰਮ ਕਰਦੇ ਨੇ, ਹੋਰ ਕਰਦੇ ਨੇ, ਕਿਸੇ ਨੂੰ ਥੱਲੇ ਲਾਉਣ ਦੀ ਗੱਲ ਕਰਦੇ, ਹੋਰ ਕਰਦੇ, ਉਹਨਾਂ ਦੀਆਂ ਮੈਂ ਪ੍ਰੋਫਾਈਲਾਂ ਫਰੋਲੀਆਂ ਚੰਗੀ ਤਰ੍ਹਾਂ ਨਾਲ। ਤਾਂ ਕਈਆਂ ਦੀਆਂ ਪ੍ਰੋਫਾਈਲਾਂ ਦੇ ਵਿੱਚ ਬੜਾ ਕੁਛ ਹਜੇ ਵੀ ਪਿਆ ਕਿ ਉਹਨਾਂ ਦੀ ਇਸ ਖੇਤੀ ਬਿੱਲ ਬਾਰੇ ਕੀ ਸੋਚ ਸੀਗੀ ਪਹਿਲੇ ਦਿਨ ਤੋਂ, ਕਿਸ ਤਰ੍ਹਾਂ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਕਨਵਿੰਸ ਕਰਾਇਆ ਜਾ, ਕਿਉਂਕਿ ਉਹਨਾਂ ਦੇ ਮਾਲਕਾਂ ਨੇ ਉਹਨਾਂ ਨੂੰ ਤਨਖਾਹ ਦੇਣੀ ਹੈ ਅਤੇ ਜੋ ਮਾਲਕ ਕਹਿੰਦੇ ਨੇ ਉਹੀ ਉਹਨਾਂ ਨੇ ਲਿਖਣਾ, ਉਹੀ ਉਹਨਾਂ ਦੇ ਪੋਸਟਰ ਬਣ ਕੇ ਆਉਂਦੇ ਨੇ, ਕੁਛ ਜਾਲੀ IDs ਬਣਾਈਆਂ, ਹੋਰ ਬਣਾਈਆਂ। ਫਿਰ ਜਦੋਂ ਕਿਸਾਨ ਸੜਕਾਂ 'ਤੇ ਆ ਗਿਆ, ਇੱਕ ਦੌਰ ਚੱਲਿਆ ਟਰੈਕਟਰ ਰੈਲੀਆਂ ਦਾ, ਕੋਈ ਸੋਫਾ ਲਾ ਕੇ ਜਾ ਰਿਹਾ, ਕੋਈ ਘਰੋਂ ਨਿਕਲ ਕੇ ਜਾ ਰਿਹਾ, ਕੋਈ ਵੱਡੇ ਟਰੈਕਟਰ 'ਤੇ 4x4 'ਤੇ ਜਾ ਰਿਹਾ, ਹੋਰ ਜਾ ਰਿਹਾ। ਹੁਣ ਇੱਕ ਇਹ ਵੀ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਹੁੰਦਾ ਕਿ ਜਿਹੜੇ ਇਹ ਲੋਕ ਨੇ, ਸਿਆਸੀ ਲੋਕ ਨੇ, ਇਹਨਾਂ ਦਾ ਹੀਆ ਕਹਿੰਦੇ, ਜੁਰਤ ਪੰਜਾਬੀ 'ਚ ਹੀਆ ਕਹਿੰਦੇ ਨੇ, ਹੀਆ ਨਹੀਂ ਪੈ ਰਿਹਾ ਕਿ ਕਿਸਾਨਾਂ ਦੇ ਵਿੱਚ ਜਾ ਕੇ ਗੱਲ ਕਰ ਸਕਣ। ਅੱਜ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਤਲਵੇ ਚੱਟ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਇਹਨਾਂ ਦੀ IT ਟੀਮ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹੋ ਜਿਹੀ ਗੱਲ ਉਭਾਰੀ ਜਾਵੇ ਕਿ ਤਾਰ ਪੀਡੋ ਕੀਤਾ ਜਾਵੇ ਸੰਘਰਸ਼ ਨੂੰ, ਉਹਦੀ ਰੂਪ ਰੇਖਾ ਜਿਹੜੀ ਆ ਲੱਗ ਰਹੀ ਹੈ, ਤਾਂ ਇਹੋ ਜਿਹੀ ਸ਼ੋਸ਼ਾ ਛੱਡ ਦਿਓ ਕਿ ਲੋਕ ਜਿਹੜੇ ਨੇ ਉਹ ਸੰਘਰਸ਼ ਤੋਂ ਉਹਨਾਂ ਦਾ ਧਿਆਨ ਪਾਸੇ ਹੋ ਜੇ, ਕਿਸੇ ਇੱਕ ਵਿਸ਼ੇਸ਼ ਬੰਦੇ ਕੰਨੀ ਜਾਂ ਇੱਕ ਵਿਸ਼ੇਸ਼ ਮੁੱਦੇ ਕੰਨੀ ਉਹ ਪੈ ਜੇ। ਮੇਰੇ ਨਾਲ ਨੀਲ ਭਿੰਦਰ ਜੀ ਨੇ ਬੜੇ ਸਮੇਂ ਬਾਅਦ ਜੁੜੇ ਹੈ। ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦਨਿਆਲ ਸਾਹਿਬ। ਨੀਲ ਜੀ, ਮੈਂ ਜਿਵੇਂ ਗੱਲ ਕੀਤੀ ਆ, ਇਹ ਵੀ ਇੱਕ ਵੱਖਰੀ ਸਿਆਸਤ ਹੈ। ਦੇਖੋ, ਕਿਸਾਨ ਸੰਘਰਸ਼ ਕਿਸੇ ਸਿਆਸੀ ਬੰਦੇ ਦੇ ਹੱਥ ਨਹੀਂ ਆਇਆ, ਸ਼ੁਕਰ ਹੈ ਮਹਾਰਾਜ ਦਾ, ਪਰ ਅੰਦਰ ਖਾਤੇ ਪੂਰੀ ਕੋਸ਼ਿਸ਼ ਹੈ ਯਾਰ। ਚੌਧਰ ਕਿਹਦੀ ਮਾੜੀ ਹੈ, ਚੌਧਰ ਜਾਂਦੀ ਹੋਵੇ ਤਾਂ ਬਹੁਤ ਔਖਾ ਲੱਗਦਾ। ਮੈਂ ਨਾ ਕਈ ਵਾਰੀ ਗੱਲ ਕਰਦਾ ਹੁੰਦਾ ਰੇਡੀਓ ਪੰਜਾਬ ਟੂਡੇ 'ਤੇ ਵੀ, ਆਮ ਵੀ, ਪਿੰਡਾਂ ਦੇ ਵਿੱਚ ਨਾ ਕੋਈ ਬੰਦਾ ਪੁਰਾਣਾ ਸਰਪੰਚ ਹੋਵੇ ਨਾ, ਜੇ ਕੋਈ ਗਰੀਬ ਜਾਂ ਹੋਰ ਹਮਾਤੜ ਕੋਈ ਲੀਡਰ ਜਾਂ ਉੱਭਰਦਾ ਹੋਵੇ ਅਤੇ ਉਹਨੂੰ ਪਤਾ ਹੋਵੇ ਯਾਰ ਮੇਰੀ ਸਰਪੰਚੀ ਕਿਤੇ ਇਹ ਨਾ ਲੈ ਜੇ, ਤਾਂ ਫਿਰ ਤਾਇਆ ਪਤਾ ਆਪਦੇ ਭਤੀਜੇ ਨੂੰ ਕਹਿੰਦਾ, ਕਹਿੰਦਾ ਪੁੱਤ ਐਂ ਕਰ, ਮੈਨੂੰ ਨਾ ਸੱਥ 'ਚ ਬਹਿ ਕੇ 4 ਗਾਲਾਂ ਕੱਢਿਆ ਕਰ। ਅਤੇ ਉਹ ਜਦੋਂ 4 ਗਾਲਾਂ ਕੱਢਣ ਲੱਗ ਪੈਂਦਾ ਅਤੇ ਤਾਏ ਨੂੰ ਫਿਰ 2 ਬੰਦੇ ਚੁਗਲੀ ਵੀ ਕਰ ਦਿੰਦੇ ਆ, ਕਿਉਂਕਿ ਗੱਲ ਤਾਂ ਘਰੇ ਹੁੰਦੀ ਹੈ। ਫਿਰ ਤਾਇਆ ਵੀ ਲਲਕਾਰੇ ਮਾਰਨ ਲੱਗ ਪੈਂਦਾ, ਫਿਰ ਭਤੀਜਾ ਹੋਰ ਤੱਤਾ ਹੋ ਜਾਂਦਾ। ਜਿਹੜੇ ਹੋਰ ਪਿੰਡ ਦੇ ਲੋਕ ਹੁੰਦੇ ਨਾ, ਉਹ ਕਹਿੰਦੇ ਯਾਰ ਆਹ ਬੁੜੇ ਨੂੰ ਤਾਂ ਇਹਦਾ ਭਤੀਜਾ ਪਿਆ, ਹੁਣ ਇਹ ਗੋਡਿਆਂ ਥੱਲੇ ਲਊ। ਉਹ ਜਿਹੜਾ ਅਸਲ ਬੰਦਾ ਹੁੰਦਾ ਉਹਨੂੰ ਭੁੱਲ ਜਾਂਦੇ ਆ ਅਤੇ ਉਹਦੇ ਭਤੀਜੇ ਕੰਨੀ ਹੋ ਜਾਂਦੇ ਆ ਜੀ। ਅਤੇ ਭਤੀਜਾ ਫਿਰ ਤੁਹਾਨੂੰ ਪਤਾ ਹਵਾ 'ਚ ਫੈਰ ਵੀ ਕੱਢ ਦਿੰਦਾ, ਤਾਏ ਭਤੀਜੇ ਦੇ ਪਰਚੇ ਵੀ ਹੋ ਜਾਂਦੇ ਆ,
ਤੇ ਦੋਹੇ ਜਾਣੇ ਫਿਰ ਇੱਕ ਦੂਜੇ ਦੇ ਖਿਲਾਫ ਸਰਪੰਚੀ ਦੀ ਚੋਣ ਲੜਦੇ। ਚਲੋ ਤੁਸੀਂ ਤਾਇਆ ਭਤੀਜਾ ਕਹਿ ਰਹੇ ਹੋ, ਅੱਜ ਦੀ ਰਾਜਨੀਤੀ ਚ ਚਾਚਾ ਭਤੀਜਾ ਬੜਾ ਮਸ਼ਹੂਰ ਹੈ ਜੀ। ਅੱਛਾ ਅੱਛਾ ਠੀਕ ਹੈ ਜੀ, ਤੁਸੀਂ ਸਮਝ ਗਏ ਹੋਵੋਗੇ। ਬਿਲਕੁਲ, ਪਟਿਆਲੇ ਵਾਲੇ ਚਾਚਾ ਜੀ ਤੇ ਭਾਊ ਭਤੀਜਾ, ਇਹ ਆਪਾਂ ਬਿਲਕੁਲ ਇੱਥੇ ਢੁਕਦੀ ਹੈ ਪੰਜਾਬ ਦੀ ਸਿਆਸਤ ਦੇ ਜਾਵੀਏ ਨਾਲ ਜੇ ਗੱਲ ਕਰਨੀ ਹੋਏ ਜੀ। ਇਹ ਵੀ ਉਸ ਤਰ੍ਹਾਂ ਦੀ ਹੀ ਇੱਕ ਦੂਜੇ ਨਾਲ, ਮੈਂ ਟੰਗਾ ਤੋੜ ਦੂ ਜੇ ਮੇਰੇ ਹਲਕੇ ਚ ਵੜ ਗਿਆ, ਤੁਹਾਨੂੰ ਯਾਦ ਹੋਏਗਾ। ਹਾਂ ਬਿਲਕੁਲ ਜੀ, ਇਹਨੂੰ ਤਾਂ ਮੈਂ ਨੈਪੀਆਂ ਚ ਦੇਖਿਆ ਹੋਇਆ, ਇਹ ਕੱਲ ਦਾ ਜਵਾਕ ਹੈ। ਮੇਣੋ ਮਿਣੀ ਇੱਕ ਦੂਜੇ ਨਾਲ, ਉਸੇ ਉਹੀ ਹੋਇਆ ਜਿਹੜਾ 2017 ਚ ਫਿਰ ਮੁੜ ਕੇ ਸਰਪੰਚੀ ਘਰ ਦੀ ਘਰ ਚ ਰਹਿ ਗਈ। ਹਾਂਜੀ ਹਾਂਜੀ, ਪੰਜਾਬ ਦੀ ਸਰਪੰਚੀ। ਜਿਹੜੀ ਤੁਸੀਂ ਦੂਜੀ ਗੱਲ ਕਰ ਰਹੇ ਹੋ ਕਿ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਹੋ ਕਿ ਇਹਦੇ ਚ ਜਾਣ ਦੀ ਹਿੰਮਤ ਨਹੀਂ ਕਰ ਰਹੇ, ਆਲੇ ਦੁਆਲੇ ਕਬੱਡੀ ਪਾਈ ਜਾਂਦੇ ਨੇ ਜੀ, ਪਾਲੇ ਚ ਨੀ ਵੜਦੇ। ਅੱਜ ਭਗਵੰਤ ਸਿੰਘ ਮਾਨ ਵੀ ਦਵਾਲਤਾ ਉੱਥੋਂ ਪਤਾ ਲੱਗਿਆ। ਕਿੱਥੋਂ ਜੀ? ਇੱਕ ਕਿਸੇ ਮੋਰਚੇ ਦੇ ਕਿਸੇ ਪੁਆਇੰਟ ਦੀ ਗੱਲ ਹੈ। ਅੱਛਾ ਜੀ, ਉਹਦੇ ਬਾਰੇ ਬਕਾਇਦਾ ਸਟੇਟਮੈਂਟ ਵੀ ਜਾਰੀ ਕੀਤੀ ਹੈ ਵੀ ਅਸੀਂ ਕਿਉਂ ਉਹਨੂੰ ਨਹੀਂ ਬੋਲਣ ਦਿੱਤਾ ਇੱਥੇ। ਸੋ ਕੁੱਲ ਮਿਲਾ ਕੇ ਇਹ ਬਿਲਕੁਲ ਉਹੀ ਤੁਹਾਡੀ ਗੱਲ ਸਹੀ ਹੈ ਕਿ ਇਹ ਕਿਸਾਨ ਅੰਦੋਲਨ ਦਾ ਸਿਹਰਾ ਵੱਜਣ ਦੀ ਕੋਸ਼ਿਸ਼ ਚ, ਵਜਵਾਉਣ ਦੀ ਕੋਸ਼ਿਸ਼ ਚ ਬਹੁਤ ਜ਼ਿਆਦਾ ਲੋਕ ਨੇ। ਇਸ ਤੋਂ ਵੀ ਇੱਕ ਵੱਡਾ ਸਵਾਲ ਜ਼ਰੂਰ ਮੇਰੇ ਖਿਆਲ ਚ ਆਪਾਂ ਨੂੰ ਜ਼ਰੂਰ ਹਰ ਵਕਤ ਦਿਮਾਗ ਚ ਰੱਖਣਾ ਚਾਹੀਦਾ ਹੈ, ਸਾਲ 2013-14 ਦੇ ਅੰਨਾ ਹਜ਼ਾਰੇ ਅੰਦੋਲਨ ਦੇ ਸਦਕਾ ਕਾਂਗਰਸ ਪਾਰਟੀ ਦੇਸ਼ ਦੀ ਸੱਤਾ ਤੋਂ ਬਾਹਰ ਹੋਈ ਸੀ 10 ਸਾਲ ਦੇ ਰਾਜ ਭਾਗ ਤੋਂ ਬਾਅਦ ਜੀ ਜੀ। ਇਸੇ ਤਰ੍ਹਾਂ ਸੇਮ ਹੁਣ ਭਾਰਤੀ ਜਨਤਾ ਪਾਰਟੀ 10ਵੇਂ ਸਾਲ ਦੇ ਰਾਜ ਭਾਗ ਚ ਹੈ, ਯਾਨੀ ਕਿ 10 ਸਾਲ 10 ਸਾਲਾਂ ਰਾਜ ਭਾਗ ਉਹਨਾਂ ਨੂੰ ਮਿਲ ਗਿਆ ਜਦੋਂ 19 ਜਿੱਤ ਗਏ ਸੀ ਉਹ ਜੀ ਜੀ। ਤੇ ਹੁਣ ਸਮਾਂ ਵੇਟ ਕਰ ਰਿਹਾ ਸੀ, ਪੰਜਾਬ ਦੇਸ਼ ਦੀ ਸਿਆਸਤ ਵੇਟ ਕਰ ਰਹੀ ਸੀ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਹ ਵਾਧਾ ਉਹ ਹੈ ਅਸਰ ਹੈ ਤਾਂ ਇਹ ਜਿਹੜਾ ਹੈਗਾ ਭਗਵੇ ਦਾ ਜਿਹੜਾ ਰੰਗ ਹੈ ਜਿਹੜਾ ਹਰ ਦੇਸ਼ ਦੇ ਹਰ ਮੈਪ ਜਿਹੜਾ ਹੈਗਾ ਦੇਸ਼ ਦੇ ਹਰ ਰਾਜ ਦੇ ਉੱਤੇ ਛਾਈ ਜਾ ਰਿਹਾ ਜੀ, ਇਹ ਕਿਵੇਂ ਫਿੱਕਾ ਕੀਤਾ ਜਾਏ, ਕਿਵੇਂ ਇਹਨੂੰ ਪਾਸੇ ਕੀਤਾ ਜਾਏ, ਕੋਈ ਕਾਰਨ ਨੀ ਲੱਭ ਰਿਹਾ ਸੀ। ਕਦੇ ਪੁਲਵਾਮਾ ਆ ਜਾਂਦਾ ਸੀ, ਕਦੇ ਕਹਿਣ ਤੋਂ ਭਾਵ ਦੀ ਸਿੱਧੀ ਗੱਲ ਹੈ ਕਿ ਇਹ ਦੇਸ਼ ਭਗਤੀ ਦਾ ਜਿਹੜਾ ਸੀਗਾ ਨਾ ਉਹ ਪ੍ਰਚਾਰ ਕੀਤਾ ਜਾਂਦਾ ਸੀ ਵੀ ਜੇ ਭਾਈ ਇਹਦੇ ਉਲਟ ਬੋਲੇ ਤੁਸੀਂ ਦੇਸ਼ ਧਰੋਹੀ ਹੋ ਜਾਓਗੇ। ਹਾਂ, ਪਰ ਇਹ ਟੂਲ ਸੀਗੇ, ਇਹ ਵੀ ਟੂਲ ਸੀ, ਇਹ ਪੋਲੀਟੀਕਲ ਟੂਲ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਯੂਜ਼ ਕਰ ਰਹੀ ਸੀ ਤੇ ਇਹਨਾਂ ਦਾ ਤੋੜ ਨੀ ਲੱਭ ਰਿਹਾ ਸੀ। ਹੁਣ ਕਿਸਾਨ ਅੰਦੋਲਨ ਜਿਹੜਾ ਉਹ ਬਿਲਕੁਲ ਸੇਮ ਲਾਈਕ ਅੰਨਾ ਹਜ਼ਾਰੇ ਅੰਦੋਲਨ, ਹਾਲਾਂਕਿ ਦੋਨਾਂ ਚ ਬਹੁਤ ਜ਼ਿਆਦਾ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ ਦੋਨਾਂ ਦੇ ਵਿੱਚ, ਨੀਤ ਨੀਤੀ ਸਾਰੀ ਚੀਜ਼ਾਂ ਦਾ। ਸਭ ਤੋਂ ਵੱਡੀ ਗੱਲ ਤਾਂ ਨੀਯਤ, ਸਭ ਤੋਂ ਵੱਡੀ ਗੱਲ ਤਾਂ ਨੀਯਤ ਦਾ ਫਰਕ ਹੈ, ਨੀਤੀਆਂ ਦਾ ਬਾਅਦ ਦੀਆਂ ਗੱਲਾਂ। ਇੱਕ ਖਿਆਲ ਰੱਖਣਾ ਹੋਏਗਾ ਕਿ ਜੇਕਰ ਹੁਣ ਜਿਸ ਤਰ੍ਹਾਂ ਕਿ ਦਿਖ ਰਿਹਾ ਹੈ ਕਿ ਨਰਿੰਦਰ ਮੋਦੀ ਦੀ ਪੋਪੂਲੈਰਿਟੀ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਡਿੱਗਿਆ ਹੈ, ਉਹ ਸਿਰਫ ਤੇ ਸਿਰਫ ਕਿਸਾਨ ਅੰਦੋਲਨ ਕਰਕੇ ਡਿੱਗਿਆ ਹੈ। ਸੇਮ ਲਾਈਕ ਜਿਸ ਤਰ੍ਹਾਂ ਕਾਂਗਰਸ ਦਾ ਗ੍ਰਾਫ ਜਾਂ ਮਨਮੋਹਨ ਸਿੰਘ ਦਾ ਗ੍ਰਾਫ 2013-14 ਚ ਅੰਨਾ ਹਜ਼ਾਰੇ ਅੰਦੋਲਨ ਕਰਕੇ ਡਿੱਗਿਆ ਸੀ, ਜਦੋਂ ਇਹ ਸਪੇਸ ਖਾਲੀ ਹੋਣੀ ਹੈ ਭਾਰਤੀ ਜਨਤਾ ਪਾਰਟੀ ਦੀ, ਕਿਸਾਨ ਫੌਜਾਂ ਦਾ ਲੜ ਕੇ ਘਰੇ ਵੜ ਜਾਣਗੀਆਂ, ਸੈਨਾਪਤੀ ਤਾਂ ਲੜ ਕੇ ਘਰੇ ਵੜ ਜਾਣਗੇ, ਉਹ ਜਿਹੜੀ ਖਾਲੀ ਸਪੇਸ ਹੋਣੀ ਹੈ ਉਹ ਫਿਰ ਉਹ ਕਾਂਗਰਸ ਦੱਬੇਗੀ ਜਾਂ ਫਿਰ ਕੋਈ ਹੋਰ ਤਰ੍ਹਾਂ ਦਾ ਮੋਰਚਾ ਦੱਬੇਗਾ, ਜਿਸ ਚ ਅਕਾਲੀ ਦਲ ਜਿਵੇਂ ਸ਼ਿਵ ਸੈਨਾ ਦੇ ਨੇੜੇ ਹੋਣ ਨੂੰ ਫਿਰਦਾ ਜਾਂ ਹੋਰ ਇਸ ਤਰ੍ਹਾਂ ਦੇ ਆਲੇ ਦੁਆਲੇ ਦੇ ਲੋਕ ਹੋਣ ਨੂੰ ਫਿਰਦੇ ਨੇ। ਉਹ ਸਪੇਸ ਮੇਰੀ ਵਾਰ ਵਾਰ ਸਲਾਹ ਰਹਿੰਦੀ ਹੈ ਕਿ ਕਿਸਾਨ ਘੱਟੋ ਘੱਟ ਅੰਨਾ ਹਜ਼ਾਰੇ ਵਾਲੀ ਗਲਤੀ ਨਾ ਕਰਨ, ਜਾਂ ਅੰਨਾ ਹਜ਼ਾਰੇ ਦੀ ਤਰ੍ਹਾਂ ਵਰਤੇ ਨਾ ਜਾਣ, ਜਾਂ ਅੰਨਾ ਹਜ਼ਾਰੇ ਦੀ ਤਰ੍ਹਾਂ ਏਜੰਡਾ ਅੰਦੋਲਨ, ਜੇਕਰ ਏਜੰਡਾ ਅੰਦੋਲਨ ਆਪਾਂ ਮੰਨਦੇ ਹਾਂ, ਹੁਣ ਮੰਨਦੇ ਹਾਂ ਕਿ ਸੀਗਾ ਉਹ ਏਜੰਡਾ ਅੰਦੋਲਨ, ਚਾਹੇ ਅੰਨਾ ਹਜ਼ਾਰੇ ਦੇ ਆਪ ਆਪਣੀ ਨੀਅਤ ਸਾਫ਼ ਰੱਖੀ ਹੋਏ, ਪਰ ਦਿੱਲੀ ਵਾਲਾ ਲਾਲਾ ਜਿਹੜਾ ਕੇਜਰੀਵਾਲ ਹੈ ਉਹ ਤੋਂ ਸਪਸ਼ਟ ਹੈ ਕਿ ਉਸਨੇ ਉਸ ਅੰਦੋਲਨ ਨੂੰ ਵਰਤਿਆ ਤੇ ਉਸਨੇ ਵਰਤ ਕੇ ਆਪ ਉਹ ਸੱਤਾ ਚ ਆਇਆ, ਚਾਹੇ ਉਹ ਬਾਹਰ ਦੀਆਂ ਗੱਲਾਂ ਨੇ ਕਿ ਉਹਨੇ ਰਿਫੋਰਮਸ ਕੀਤੇ ਨੇ ਕੰਮ ਕਰਕੇ ਦਿਖਾਇਆ, ਪਰ
ਸਿਆਸੀ ਬਦਬੂ ਤਾਂ ਉਸ ਅੰਨਾ ਹਜ਼ਾਰੇ ਅੰਦੋਲਨ ਚੋਂ ਆਉਣ ਲੱਗ ਪਈ ਨਾ। ਜੀ ਜੀ, ਇਸ ਕਰਕੇ ਹੁਣ ਕਿਸਾਨਾਂ ਨੇ ਦੇਖਣਾ ਹੈ ਕਿ ਆਪਣੀ ਇਸ ਮਿਹਨਤ ਦਾ ਜਿਹੜਾ ਫਲ ਹੈ ਉਹ ਪਰੋਸ ਕੇ ਥਾਲੀ ਚ ਪਰੋਸ ਕੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਦੇਣਾ ਹੈ ਜਾਂ ਫਿਰ ਹੁਣ ਆਪ ਸਿਆਸੀ ਅਗਵਾਈ ਕਰਨੀ ਹੈ। ਇਹ ਮੇਰੇ ਖਿਆਲ ਚ ਸਮਾਂ ਆ ਗਿਆ ਜਿਹੜਾ ਇਹ ਕਹਿੰਦੇ ਨੇ ਕਿ ਕਿਸਾਨਾਂ ਨੇ ਤਾਂ ਖੇਤੀ ਕਰਨੀ ਹੈ, ਕਿਸਾਨਾਂ ਨੇ ਆਪਣਾ ਕੰਮ ਕਰਨਾ ਹੈ। ਇਹ ਸਿਆਸਤ ਤਾਂ ਤੁਸੀਂ ਵੀ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ ਇਹਨਾਂ ਨੇ ਸਾਜਿਸ਼ ਰਚੀ 70 ਸਾਲਾਂ ਚ ਕਿ ਪਹਿਲਾਂ ਨਹਿਰੂ ਗਾਂਧੀ ਦੀ ਗੱਲ ਕਰ ਲਓ ਜਾਂ ਹੋਰਾਂ ਦੀ ਕਿ ਸਿਆਸਤ ਤਾਂ ਗੰਦੀ ਹੁੰਦੀ ਹੈ। ਇਹਨਾਂ ਨੇ ਗੰਦੀ ਸਿਆਸਤ ਕਹਿ ਕੇ ਦਿਮਾਗ ਚ ਪਾਤਾ ਕਿ ਇਹ ਗੰਦੇ ਲੋਕਾਂ ਦੇ ਕਰਨ ਦੀ ਹੈ, ਚੰਗੇ ਲੋਕਾਂ ਦੇ ਕਰਨ ਦੀ ਨਹੀਂ ਹੈਗੀ। ਜੀ 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 ਜੀ, ਸੋ ਇਸ ਚੀਜ਼ ਨੂੰ ਭੁੱਲ ਦਿਓ, ਸਿਆਸਤ ਚੰਗੀ ਹੁੰਦੀ ਹੈ ਤੇ ਚੰਗੇ ਲੋਕਾਂ ਨੇ ਹੀ ਕਰਨੀ ਹੁੰਦੀ ਹੈ। ਐਵੇਂ ਨੀ ਕਿ ਹਰਗੋਬਿੰਦ ਸਿੰਘ ਪਾਤਸ਼ਾਹ ਹੁਣੀ ਜਿਹੜੇ ਨੇ ਅਕਾਲ ਤਖ਼ਤ ਸਾਹਿਬ ਦੀ ਹੋਂਦ ਜਿਹੜੀ ਹੈਗੀ ਹੈ ਦੇ ਕੇ ਗਏ ਨੇ। ਜੀ ਜੀ, ਜੇ ਸਿਆਸਤ ਦਾ ਰੁਤਬਾ ਉੱਚਾ ਹੈ ਘੱਟੋ ਘੱਟ ਸਾਡੇ ਬਰਾਬਰ ਦਰਬਾਰ ਸਾਹਿਬ ਦੇ ਬਰਾਬਰ ਨਹੀਂ ਤਾਂ ਲਗਭਗ ਉਹਦੀ ਜਿਹੜੀ ਸਰਵਉੱਚਤਾ ਹੈ ਉਹਦੀ ਪਵਿੱਤਰਤਾ ਹੈ ਉਹ ਸਾਡੇ ਧਰਮ ਦੇ ਵਿੱਚ ਬਕਾਇਦਾ ਤੌਰ ਤੇ ਉਹ ਐਗਜ਼ਿਸਟ ਕਰਦੀ ਹੈ, ਉਹਦੀ ਹੋਂਦ ਹੈ। ਸਿਆਸਤ ਚੰਗੇ ਲੋਕਾਂ ਦੇ ਕਰਨ ਦੀ ਹੁੰਦੀ ਹੈ। ਇਸ ਚੀਜ਼ ਨੂੰ ਇਹ ਟੈਗੂ ਨੂੰ ਤੋੜਨਾ ਹੈ ਕਿ ਸਿਆਸਤ ਗੰਦੇ ਲੋਕਾਂ ਦੇ ਕਰਨ ਦੀ ਚੀਜ਼ ਹੈ। ਇਸ ਅੰਦੋਲਨ ਦਾ ਫਲ ਜਿਹੜਾ ਤੁਸੀਂ ਹੁਣ ਕਿਸੇ ਨੂੰ ਥਾਲੀ ਚ ਪਰੋਸ ਕੇ ਦਿੰਦੇ ਹੋ ਨਹੀਂ ਦਿੰਦੇ ਹੋ, ਇਹ ਵੱਡਾ ਸਵਾਲ ਬਣਦਾ ਹੈ ਕਿ ਇਹ ਅੰਦੋਲਨ ਉਹ ਤਾਂ ਸਫਲ ਮੰਨਿਆ ਜਾਊਗਾ ਜੇਕਰ ਤੂੰ ਚੜ ਮੈਂ ਉੱਤਰ ਤੂੰ ਚੜ ਵਿੱਚੋਂ ਜੇ ਉਹ ਤੋੜ ਦੋਗੇ, ਤੁਸੀਂ ਤੋੜਨ ਚ ਕਾਮਯਾਬ ਹੋ ਕਾਮਯਾਬ ਹੋ ਜਾਓਗੇ। ਜੀ ਜੀ ਜੀ। ਅੱਛਾ ਇੱਕ ਜੀ ਦੱਸੋ, ਜਿਵੇਂ ਤੁਸੀਂ ਸਾਰੀ ਗੱਲ ਕਹੀ ਕਿ ਗੱਲ ਤਾਂ ਤੋੜਨ ਦੀ ਹੈ, ਪਰ ਤੁਸੀਂ ਵੀ ਸਿਆਣੇ ਹੋ ਕਿ ਜੰਤਰ ਮੰਤਰ ਤੇ ਸਵਾਲ, ਜੇ ਕੋਈ ਪੱਤਰਕਾਰ ਆ ਉਹਨੇ ਸਵਾਲ ਕੀਤਾ, ਠੀਕ ਹੈ ਬੱਚੇ ਨੇ, ਬੱਚਿਆਂ ਨੂੰ ਆਪਾਂ ਨੂੰ ਪਤਾ ਕਿ ਕੱਲ੍ਹ ਦੀ ਬਾਲੜੀ ਆ ਉਹ, ਹੁਣ ਉਹਨੂੰ ਸਵਾਲ ਦਿੱਤੇ ਗਏ ਜਾਂ ਉਹਦਾ ਜੋਸ਼ ਸੀ ਕਿ ਮੈਂ ਫਲਾਨੇ ਲੀਡਰ ਨੂੰ ਪੁੱਛਣਾ। ਬੇਸ਼ੱਕ ਆਪਾਂ ਨੂੰ ਪਤਾ ਕਿ ਜਦੋਂ ਉਹ ਓਪਨਿੰਗ ਕਰ ਰਹੀ ਸੀ ਆਪਾਂ ਨੂੰ ਪਤਾ ਸੀਗਾ ਕਿ ਉਹਨੂੰ ਵਿਧਾਇਕ ਅਤੇ ਐਮ ਪੀ ਦਾ ਨਹੀਂ ਪਤਾ ਸੀ, ਉਹਨੂੰ ਇਹ ਨਹੀਂ ਪਤਾ ਸੀਗਾ ਕਿ ਹਜੇ 26 ਨੂੰ ਸ਼ੁਰੂ ਹੋਇਆ ਤਾਂ 2 ਮਹੀਨੇ ਵਰਤ ਰਹੀ ਸੀ, ਜਾਂ ਇੱਥੋਂ ਇੱਕ ਚੀਜ਼ ਦਾ ਸੁਭਾਵਿਕ ਸੀ ਕਿ ਬੱਚੀ ਜਿਹੜੀ ਆ ਉਹ ਆਪਣੀ ਧੀ ਰਾਣੀ ਹੈ, ਛੋਟੀ ਹੈ, ਆਪਣੇ ਛੋਟੀ ਆਪਣੇ ਬੱਚਿਆਂ ਵਰਗੀ ਹੈ, ਕਿ ਉਹਨੂੰ ਜਿਵੇਂ ਆਪਾਂ ਕਹਿੰਦੇ ਨੇ ਕਿ ਉਹ ਕਿਉਰੋਸਿਟੀ ਚਲੀ ਗਈ ਸੀ, ਮੈਂ ਵੀ ਐਮ ਪੀ ਦੀ ਇੰਟਰਵਿਊ ਲੈ ਰਹੀ ਹਾਂ, ਠੀਕ ਹੈ, ਉਹ ਜਿਵੇਂ ਉਹ ਦੂਜੇ ਪੱਤਰਕਾਰ ਬੋਲਦੇ ਨੇ ਉਵੇਂ ਬੋਲਣ ਦੀ ਲੱਗ ਰਹੀ, ਮੈਂ 2 ਮਹੀਨਿਆਂ ਤੋਂ ਲਗਾਤਾਰ ਆ ਰਹੀ ਹਾਂ ਜਦਕਿ ਹਜੇ 25-26 ਦਿਨ ਹੋਏ ਸੀਗੇ। ਪਰ ਹੈਰਾਨੀ ਦੀ ਗੱਲ ਹੈ ਕਿ ਕਿਤੇ ਨਾ ਕਿਤੇ ਬਖਲਾਹਟ ਲੀਡਰਾਂ 'ਚ ਵੀ ਨਜ਼ਰ ਆ ਰਹੀ ਹੈ। ਕੋਈ ਤੁਸੀਂ ਵੇਖ ਰਹੇ ਹੋ ਬਿੱਟੂ ਕਿਵੇਂ ਬੋਲ ਰਿਹਾ, ਉਹ ਗਰੇਵਾਲ ਕਿਵੇਂ ਬੋਲ ਰਿਹਾ, ਜਾਂ ਡਿੰਪੇ ਨੇ ਜਿਵੇਂ ਕੀਤਾ ਕਿ ਹੈ ਜੀ, ਪਰ ਅਕਾਲੀ ਦਲ ਦੇ ਤਾਂ ਉੱਥੇ ਬੈਠਾ ਹੀ ਕੋਈ ਨਹੀਂ, ਤੁਸੀਂ ਵੀ ਸਿਆਣੇ, 2 ਜਣੇ ਨੇ, ਉਹਨਾਂ ਨੇ ਤਾਂ ਪਿੱਛੋਂ ਆਪਦੀ ਟੀਮ ਲਾਈ ਹੋਈ ਆ ਵੀ ਇੱਧਰ ਬਿਆਨ ਦੇਈ ਚੱਲੋ, ਕਿਉਂਕਿ ਉਹਨਾਂ ਨੇ ਤਾਂ SGPC ਵਾਲੇ ਪਾਸੇ ਵੀ ਧਿਆਨ ਹੈ, ਠੀਕ ਹੈ ਨਾ ਜੀ, ਕਿਤੇ ਦਾੜਾ ਪ੍ਰਕਾਸ਼ ਕਰ ਲਿਆ ਅਤੇ ਕਿਤੇ ਦਾੜਾ ਬੰਨ ਲਿਆ, ਹੈ ਜੀ। ਪਰ ਇੱਕ ਚੀਜ਼ ਆ ਮੈਂ ਤਿੰਨਾਂ ਦੀ, ਅਤੇ ਇਵੇਂ ਭਗਵੰਤ ਮਾਨ ਦੀ ਤੁਸੀਂ ਗੱਲ ਕਰਕੇ ਹਟੇ ਹੋ ਜੀ, ਦੇਖੋ ਮੈਂ ਇਹਨਾਂ ਦੇ ਉੱਤੇ ਤਾਂ ਬਾਅਦ ਚ ਆਊਂਗਾ, ਪਰ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ ਬਕਾਇਦਾ ਇੱਕ ਪਰਟੀਕੂਲਰ ਇੱਕ ਟੀਵੀ ਚੈਨਲ ਦੀ ਯੂਟਿਊਬਰ ਜਿਹੜੀ ਹੈਗੀ ਹੈ ਪੱਤਰਕਾਰ ਬਾਰੇ ਗੱਲ ਕਰ ਰਹੇ ਹੋ, ਜਿਹਦੀ ਕਾਂਗਰਸ ਦੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਨਾਲ ਝੜਪ ਹੋਈ ਹੈ, ਮੈਂ ਉਹਨੂੰ ਝੜਪ ਕਹਾਂਗਾ, ਉਹਨੂੰ ਇੱਕ ਪਾਸੜ ਨਹੀਂ ਕਹਾਂਗਾ। ਤੁਸੀਂ ਇੱਥੇ ਤਾਂ ਹੁਣ ਸਾਰੇ ਬੋਲ ਰਹੇ ਹੋ, ਹੁੱਬ ਹੁੱਬ ਕੇ ਬੋਲ ਰਹੇ ਹੋ, ਪਿਛਲੇ 10 ਸਾਲਾਂ ਦੇ ਵਿੱਚ ਕਿੰਨੇ ਪੱਤਰਕਾਰ ਮਰੇ ਨੇ, ਕਿੰਨੇ ਪੱਤਰਕਾਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਹੈ। ਜਸਦੀਪ ਸਿੰਘ ਮਲਹੋਤਰਾ ਦੇ ਸ਼ਾਇਦ ਹੀ ਕਿਸੇ ਨੂੰ ਪਤਾ ਵੀ ਨਹੀਂ ਹੋਏਗਾ, ਜਿੰਨੇ ਵੀ ਸ਼ਾਇਦ ਸਾਡੇ ਯੂਟਿਊਬ ਦੇ ਉੱਤੇ ਅੱਜ ਕੱਲ੍ਹ ਕਿਵੇਂ ਐਕਸੀਡੈਂਟ ਚ ਮਾਰਿਆ ਗਿਆ ਸੀ, ਉਹਨੂੰ ਮਾਰਨ ਪਿੱਛੇ ਕੋਈ ਕਾਰਨ ਸੀ, ਕਿਹੜਾ ਉਹਦੇ ਸਕੈਂਡਲ ਬੇਨਕਾਬ ਕੀਤਾ। ਬਿਲਕੁਲ ਬਿਲਕੁਲ, ਇਹਨਾਂ ਨੂੰ ਤਾਂ ਇਹ ਵੀ ਨੀ ਪਤਾ ਕਿ ਅਸਲ ਦੇ ਵਿੱਚ ਚੈਨਲ ਕੀ ਹੁੰਦੇ ਨੇ ਤੇ ਚੈਨਲ ਦੇ ਸੀਨੀਅਰ ਪੱਤਰਕਾਰ ਕਿਹੜੇ ਨੇ। ਬਿਲਕੁਲ ਤੁਹਾਡੀ ਗੱਲ ਸਿਆਣੀ, ਇੱਥੇ ਸਾਡੇ ਪੱਤਰਕਾਰਾਂ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਘਰ ਬਰਬਾਦ ਹੋਏ ਨੇ, ਉਹਨਾਂ ਦੇ ਬੱਚੇ ਰੁੜਦੇ ਨੇ, ਉਹ ਪਤਾ ਨੀ, ਇਹ ਪਤਾ ਨਾ ਹੋਣਾ ਵੀ
ਇੱਕ ਕਲੰਕ ਹੈ ਤੁਹਾਡੀ ਬੁੱਧੀ ਦੇ ਉੱਤੇ। ਬਿਲਕੁਲ ਬਿਲਕੁਲ, ਤੁਹਾਨੂੰ ਜਿਹੜੀ ਚੀਜ਼ ਸਾਹਮਣੇ ਨਜ਼ਰ ਆਈ ਹੈ ਜਸਟ ਇੱਕ ਇੱਕ ਝੜਪ, ਜਿਹੜੀ ਛੋਟੀ ਜਿਹੀ ਝੜਪ ਜਿਹੜੀ ਸਾਡੇ ਨਾਲ 3600 ਵਾਰ ਹੋ ਚੁੱਕੀ ਹੈ ਜ਼ਿੰਦਗੀ ਚ ਮੇਰੇ ਖਿਆਲ ਚ। ਪਰਮਜੀਤ ਸਿੰਘ ਸਰ ਨਾਲ ਮੈਨੂੰ ਯਾਦ ਹੈ ਅੱਜ ਤੋਂ 18 ਸਾਲ ਪਹਿਲਾਂ ਉਹ ਮੈਨੂੰ ਚੱਲਦੇ ਇੰਟਰਵਿਊ ਛੱਡ ਕੇ ਚਲੇ ਗਏ ਸੀ ਜੀ ਆਪਣੇ ਦਫ਼ਤਰ ਦੇ ਵਿੱਚ। ਪ੍ਰਤਾਪ ਸਿੰਘ ਬਾਜਵਾ ਮੈਨੂੰ ਕਿਵੇਂ ਬੋਲਿਆ ਹੁਣ, ਪਰ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹੁਣ ਅੱਜ ਕਮੈਂਟ ਕਰ ਰਹੇ ਕਹਿੰਦੇ ਉਹ ਮੈਨੂੰ ਆਈ ਕਰ ਰਿਹਾ ਵੀ ਤੈਨੂੰ ਕੀ ਬੋਲਿਆ, ਪਰ ਪੱਤਰਕਾਰ ਕਿਤੇ ਭੜਕਦਾ ਨੀ ਹੁੰਦਾ। ਪੱਤਰਕਾਰ ਦਾ ਕੰਮ ਹੁੰਦਾ ਦੂਜੇ ਨੂੰ ਦੂਜੇ ਦੀ ਗੱਲ ਕਢਾਉਣੀ, ਪੱਤਰਕਾਰ ਸ਼ਲੀਨਤਾ ਨਾਲ ਚੱਲਦਾ। ਗੱਲਾਂ ਤਾਂ ਕਰਨ ਦੀਆਂ ਨਹੀਂ ਹੁੰਦੀਆਂ, ਇਹ ਤਾਂ ਅਸੀਂ ਤਿਆਰ ਹੁੰਦੇ ਆ ਕਿ ਸਾਡੇ ਨਾਲ ਤਾਂ ਬਦਤਮੀਜੀ ਹੋਏਗੀ ਹੋਏਗੀ ਹੋਏਗੀ, 200% ਹੋਏਗੀ, ਤੇ ਸਾਡੇ ਨਾਲ ਹੋ ਚੁੱਕੀਆਂ ਨੇ। ਮੈਂ ਤਾਂ ਗੱਲ ਮਲਹੋਤਰਾ ਦੀ ਕਰ ਰਿਹਾ, ਮੇਰੇ ਖਿਆਲ ਚ ਅੱਧਿਆਂ ਲੋਕਾਂ ਨੂੰ ਨਹੀਂ ਪਤਾ ਹੋਏਗਾ, ਇਹ ਨਹੀਂ ਪਤਾ ਹੋਣਾ ਵੀ ਉਹ ਮਰਿਆ ਕਿਵੇਂ ਸੀ, ਉਹ ਮਰਿਆ ਕਿਵੇਂ ਸੀ, ਕਿਵੇਂ ਟਰੱਕਾਂ ਥੱਲੇ ਉਹਨੂੰ ਦੇ ਕੇ ਮਾਰਿਆ ਗਿਆ। ਇਵਨ ਇੱਥੋਂ ਤੱਕ ਕਿ ਉਹਦਾ ਲੰਕੇਜ ਦੀ ਗੱਲ ਹੈ, ਇੱਥੋਂ ਤੱਕ ਕਿ ਉਹਦੇ ਐਸਐਸਪੀ ਨੂੰ ਵੀ ਅਗਲਾ ਕਹਿੰਦਾ ਕੋਈ ਨਹੀਂ ਐਸਐਸਪੀ ਜਾਂਦਾ ਜਾਵੇ, ਪਰ ਮਲਹੋਤਰਾ ਮਰਨਾ ਜ਼ਰੂਰੀ ਸੀ, ਇੱਕ ਐਸਐਸਪੀ ਵੀ ਨਾਲ ਚੱਕਦਾ ਉਹਦੇ। ਸੋ ਸਾਡੇ ਪੱਤਰਕਾਰਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਤੇ ਬੜੀਆਂ ਸ਼ਾਨਦਾਰ ਨੇ ਤੇ ਬੜੀਆਂ ਅਸੀਂ ਮਾਣ ਵੀ ਕਰਦੇ ਹਾਂ ਉਹਨਾਂ ਦੇ ਉੱਤੇ, ਤੇ ਯਾਦ ਰੱਖਣੀ ਹੋਗੀ ਨੇ ਇਹ ਛੋਟੀ ਛੋਟੀ ਝੜਪ ਨੂੰ ਤੁਸੀਂ ਕੁਰਬਾਨੀ ਆ ਪੱਤਰਕਾਰੀ ਨੂੰ ਦੇਣ ਦੇ ਵਿੱਚ ਨਾ ਗਿਣੋ। ਜੀ ਜੀ, ਅਗਰ ਆਪਾਂ ਹੁਣ ਆਉਂਦੇ ਹਾਂ ਰਵਾਇਤੀ ਪੋਲੀਟਿਸ਼ਨਾਂ ਦੇ ਉੱਤੇ, ਰਵਾਇਤੀ ਪੋਲੀਟਿਸ਼ਨਾਂ ਦੇ ਉੱਤੇ ਆਉਂਦੇ ਆ ਕਿ ਰਵਾਇਤੀ ਪੋਲੀਟਿਕਸ ਹੁਣ ਉਸ ਥਾਂ ਤੇ ਆ ਗਈ ਹੈ ਕਿ ਇਹ ਟੈਬੂ ਸਾਰਾ ਟੁੱਟਣ ਜਾ ਰਿਹਾ ਹੈ। ਜੀ, ਮੈਂ ਫੇਰ ਦੁਬਾਰਾ ਕਹਿੰਦਾ ਪਰ ਦੂਜੀ ਧਿਰ ਜੇਕਰ ਇਸ ਚ ਕਾਮਯਾਬ ਹੋਏਗੀ ਕਿ ਅਸੀਂ ਆਪਣੇ ਵੱਲੋਂ ਜੋ ਬਣਾਈ ਹੋਈ ਜ਼ਮੀਨ ਤਿਆਰ ਕੀਤੀ ਹੈ, ਨਵੀਂ ਸਿਆਸਤ ਦੀ ਜ਼ਮੀਨ ਤਿਆਰ ਕੀਤੀ ਹੈ। ਜੀ ਜੀ, ਮੈਂ ਸਿੱਧਾ ਤੌਰ ਤੇ ਮੈਂ ਤੁਹਾਨੂੰ ਆਪਣਾ ਆਰਟੀਕਲ ਭੇਜਿਆ ਜਿਹੜਾ ਸ਼ਾਇਦ ਛਪੇਗਾ ਅਗਲੇ ਦਿਨਾਂ ਚ ਕਿਤੇ ਨਾ ਕਿਤੇ। ਜੀ, ਆਪਾਂ ਜੇ ਇਜਾਜ਼ਤ ਦਿਓ ਤਾਂ ਰੇਡੀਓ ਪੰਜਾਬ ਟੁਡੇ ਦੇ .com ਦੇ ਉੱਤੇ ਹੀ ਛਾਪ ਦਿੰਨੇ ਆ ਜੀ ਹੁਣੇ। ਹਾਂ, ਤੁਸੀਂ ਤੁਸੀਂ ਛਾਪ ਸਕਦੇ ਹੋ ਜੀ, ਤੁਹਾਨੂੰ ਇਜਾਜ਼ਤ ਦੀ ਲੋੜ ਨਹੀਂ ਹੈ ਕਿ ਰੇਡੀਓ ਪੰਜਾਬ ਟੁਡੇ ਮੇਰਾ ਆਪਣਾ ਅਦਾਰਾ ਹੈ। ਜੀ, ਤੇ ਉਹਦਾ ਮੇਰਾ ਟਾਈਟਲ ਹੀ ਤੁਸੀਂ ਪੜ੍ਹ ਕੇ ਸੁਣਾ ਦਿਓ ਕਿ ਮੇਰੇ ਖਿਆਲ ਜੇ ਤੁਹਾਡੇ ਸਾਹਮਣੇ ਖੁੱਲਾ ਹੈ ਤਾਂ ਕਿ ਜੀ ਟਰੈਕਟਰ ਰੈਲੀਆਂ ਕੱਢਣ ਵਾਲੇ ਟਰਾਲੀ ਰੈਲੀਆਂ ਦੇ ਵਿੱਚ ਜਾਣ ਤੋਂ ਭੱਜ ਰਹੇ ਨੇ ਤੇ ਦੂਜੀ ਗੱਲ ਹੈ ਪੰਜਾਬ ਦੇ ਜਿਹੜੇ ਸਿਆਸੀ ਟਰੈਕਟਰ ਸੀ ਇਹ ਸਿੰਘੂ ਬਾਰਡਰ ਤੇ ਤਿੱਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਤੇ ਜਿਹੜੇ ਟਰਾਲੀਆਂ ਲੱਗੀਆਂ ਹੋਈਆਂ ਨੇ ਕਿਸਾਨਾਂ ਦੀਆਂ ਤੇ ਉਹਨਾਂ ਨੂੰ ਟੋਚਨ ਪਾਉਣ ਦੇ ਹੁਣ ਸਮਰੱਥ ਨਹੀਂ ਰਹੇ। ਇਹਦਾ ਸੰਕੇਤ ਪੰਜਾਬ ਦੀ ਸਿਆਸਤ, ਦੇਸ਼ ਦੀ ਸਿਆਸਤ ਬਦਲ ਰਹੀ ਹੈ। ਰਵਾਇਤੀ ਸਿਆਸੀ ਟਰੈਕਟਰ ਨੇ ਜਿਹੜੇ ਇਹ ਉਹਨਾਂ ਟਰਾਲੀਆਂ ਨੂੰ ਹੁਣ ਖਿੱਚਣ ਦੇ ਸਮਰੱਥ ਨਹੀਂ ਰਹੇ, ਪਰ ਦੂਜੀ ਧਿਰ ਨੂੰ ਜਿਹੜਾ ਹੈਗਾ ਆਪਣੇ ਅਸਤਰ ਸ਼ਸਤਰ ਜਿਹੜੇ ਨੇ ਉਹ ਤਿਆਰ ਕਰਕੇ ਰੱਖਣੇ ਪੈਣਗੇ। ਜੀ ਬਿਲਕੁਲ, ਨਾਲੇ ਇੱਕ ਚੀਜ਼ ਹੋਰ ਹੈ ਨਾ ਨੀਲ ਜੀ, ਗੱਲ ਇਹ ਨਹੀਂ ਹੁੰਦੀ ਕਿ ਤੁਸੀਂ ਵੀ ਸਿਆਣੇ ਹੋ, ਜੇ ਕਿਸਾਨੀ ਧਿਰਾਂ ਨੇ ਤੇ ਆਪ ਨਹੀਂ ਆਉਂਦੀਆਂ, ਪਰ ਇਹ ਵੀ ਸਪੌਂਸਰ ਕਰ ਸਕਦੀਆਂ ਕਿ ਆ ਨੌਜਵਾਨ ਜਾਂ ਮੁੰਡਿਆਂ ਨੂੰ ਜਾਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ, ਭਾਈ ਅਸੀਂ ਤਾਂ ਨਹੀਂ ਆਉਂਦਾ, ਕੱਲ੍ਹ ਨੂੰ ਤੁਹਾਡੇ ਨਾਲ ਵੀ ਅੱਟ ਖੜੱਕਾ ਅਸੀਂ ਲੈਣਾ, ਕਿਉਂਕਿ ਇਹ ਤਾਂ ਸੰਘਰਸ਼ੀਲ ਯੁੱਧ ਨੇ, ਇਹਦਾ ਸਰਕਾਰਾਂ ਨਾਲ ਲੜਨਾ, ਕੋਈ ਨਹੀਂ ਤੁਸੀਂ ਜਿਹੜਾ ਥੋੜੀ ਜਿਹੀ। ਮੈਂ ਇੱਕ ਚੀਜ਼ ਇੱਥੇ ਜ਼ਰੂਰ ਐਡ ਕਰਨਾ ਚਾਹਾਂਗਾ, ਆਪਾਂ ਕਦੇ ਕਦੇ ਧਿਰ ਨਹੀਂ ਬਣੇ ਹੈਗੇ, ਪਰ ਇਹ ਗੱਲ ਜ਼ਰੂਰ ਹੈ, ਇਹ ਨਾ ਕਹੋ ਕਿ ਵੀ ਇਹ ਨਵੇਂ ਨੌਜਵਾਨ ਇਹਨਾਂ ਦਾ ਖੂਨ ਬੜਾ ਗਰਮ ਹੈ, ਇਹਨਾਂ ਨੂੰ ਸੱਤਾ ਦੇ ਦੇਣੀ ਚਾਹੀਦੀ ਹੈ। ਸੱਤਾ ਬੜੇ ਹੰਢੇ ਵਰਤੇ ਲੋਕਾਂ ਦੀ ਹੁੰਦੀ ਹੈ, ਪੰਜਾਬ ਦੀ ਸੱਤਾ ਹੈ ਇਹ, ਬਿਲਕੁਲ ਪੰਜਾਬ ਦੀ ਸੱਤਾ, ਇਹ ਮਤਲਬ ਅੱਜ ਤੋਂ ਨਹੀਂ ਹੈਗੀ, ਇਹ ਦਸਮ ਪਾਤਸ਼ਾਹ ਤੋਂ ਪਹਿਲਾਂ ਤੋਂ ਵੀ ਹੈ, ਇਹ ਉਸ ਤਰ੍ਹਾਂ ਦੇ ਜਦੋਂ 9 ਸਾਲ ਦਾ ਦਸਮ ਪਾਤਸ਼ਾਹ ਆਪਣੇ ਪਿਤਾ ਜੀ ਨੂੰ ਸੀਸ ਵਾਰਨ ਲਈ ਭੇਜ ਸਕਦੇ ਨੇ, ਇਹ ਉੱਡੀ ਵੱਡੀ ਸੋਝੀ ਵਾਲੇ ਲੋਕਾਂ ਦੇ ਸਾਹਮਣ ਦੀ ਸੱਤਾ ਹੈ, ਇਹ ਨਾ ਕਿ ਕੱਲ ਦੇ ਅੱਜ ਕੋਈ ਚਾਰ ਇਹ ਤਾਂ ਬਿਲਕੁਲ ਕਰ ਦਿੰਦਾ ਹੈ, ਬਿਲਕੁਲ ਉਹਨੂੰ ਤੁਸੀਂ ਕੱਲ ਨੂੰ ਕਹਿ ਦੋ ਮੁੱਖ ਮੰਤਰੀ ਬਣ ਜੇ ਪੰਜਾਬ ਦਾ, ਇਹ ਤਾਂ ਬਿਲਕੁਲ ਤੁਹਾਡੀ ਸੋਚ ਹੈ। ਇੱਕ ਚੀਜ਼ ਦਾ ਇਹ ਹੈ ਕਿ ਮੈਂ ਕਹਿੰਦਾ ਵਧਾਈ ਦੇ ਪਾਤਰ ਨੇ ਸਾਡੇ ਕਿਸਾਨ ਨੇਤਾ ਕਿ ਇਸ ਸੰਘਰਸ਼ ਨੂੰ ਜਨ ਅੰਦੋਲਨ ਦੇ ਵਿੱਚ ਕਨਵਰਟ ਕਰ ਰਿਹਾ। ਮੈਂ ਅਜੀਤ ਅੰਜਮ ਦੀ ਅੱਜ ਇੰਟਰਵਿਊ ਸ਼ੇਅਰ ਕੀਤੀ ਹੈ ਜੀ ਆਪਣੇ ਪੇਜ ਦੇ ਉੱਤੇ। ਅਜੀਤ ਅੰਜਮ ਤੁਹਾਨੂੰ ਪਤਾ ਬਹੁਤ ਸੁਲਝੇ ਹੋਏ ਪੱਤਰਕਾਰ ਨੇ ਐਂਡ ਲਗਾਤਾਰ ਕਵਰ ਕਰ ਰਹੇ ਨੇ ਹਿੰਦੀ ਦੇ ਵਿੱਚ, ਐਂਡ ਤੁਹਾਨੂੰ ਇਹ ਵੀ ਪਤਾ ਕਿ ਮੇਨ ਉਹਨਾਂ ਨੂੰ ਜਿਹੜਾ ਵੱਡੇ ਵੱਡੇ ਅਖਬਾਰਾਂ ਚੋਂ ਕਿਵੇਂ ਲਾਂਭੇ ਕੀਤਾ ਗਿਆ। ਬਿਲਕੁਲ ਬਿਲਕੁਲ ਠੀਕ ਹੈ, ਪਰ ਜਿਹੜੀ ਚੀਜ਼ ਉੱਥੇ ਨਜ਼ਰ ਆ ਰਹੀ ਹੈ ਕਿ ਉਹ ਬੜੀ ਮੈਨੂੰ ਵਧੀਆ ਲੱਗੀ
यह एक संघर्ष है, इट इज अ प्रोटेस्ट विदाउट अ प्रोटेस्ट। बिल्कुल, एक बहुत बड़ा शब्द, इट इज अ प्रोटेस्ट विदाउट अ प्रोटेस्ट। समझ गए हुणे कि प्रोटेस्ट बड़ा जे विरोध आप हमेशा कहने तुसी मेरा विरोध कर रहे बड़े करना पै रहा विरोध जी कुल मिलाकर सीधी भाषा च गल नहीं नहीं करना करन दे नाल शांति किन्नी है विरोध है शांति किन्नी है कसूर नहीं हुंदा जिन्ना कि डेस्क दे उत्ते बैठे ते की कहिंदे आ न्यूज़ रूम दे विच बैठे बंदियां दा हुंदा। देखो जी किसी ने नौकरी करनी है ठीक है, उस वक्त किसान अंदोलन चल पिया मन्या किसान दा पुत है पर उस दी जड़ी है कि स्थिति है उन्हों अलाओ नहीं कर रही कि वो अपनी नौकरी या अपने जड़े वो मालक ने उन्हां दिया नीतियां तो बारा होके अपनी नौकरी दा रिस्क ले लवे। ये आपा समझ सकते हैं ना, बिल्कुल बिल्कुल। आपा विदेश भी जिन्ने बंदे बैठे हैं आपा ये तो नहीं ना कर सकते कि आपा अपनी रोजी रोटी गवा लिए उन्हों स्थान ते ला दिए। जी जी, किसी मीडिया की पॉलिसी करके उत्थों के काम करने वाले अपने बराबर के पत्रकार हो सकता वह क्लासमेट भी रहा हो पत्रकारी कोर्स च तुहाडा मतलब हक नहीं के तुसी अपने कुलीग पत्रकार दे उत्ते बराबर दे पत्रकार दे उत्ते तुसी दोष लाओ के तू गोती मीडिया हो गया ये हो गया। मीडिया गोती मीडिया एक संज्ञा हो सकती है जिहड़ी जनता दे सकती है, किसी नूं चोर कहना किसी नूं कुछ कहना। पहला आपां भी तां कहंदे रहे हैं कि पीली पत्रकारी आ जनता दी पत्रकारी, पत्रकारी आ पटियाले दी पत्रकारी है। ओह असीं आपस च शुगल मेले च कहंदे रहे हैं ना, प्रेस क्लब कल्चर च कहंदे रहे हैं ना, बड़ा कुछ कहंदे रहे हैं। ऑन ऑन स्क्रीन तां नहीं ना रजिस्टर करदे इस गल नूं, शाहजहांपुर बार्डर मिरर दी लड़की आ गई। मिरर किड्डा वड्डा दायरा है तुहानू वी पता, बिलकुल बिलकुल। ओह पढ़ी है अंग्रेजी बोलती है, मैनूं गल करन लग पई, ਮੈਨੂੰ ਕਹਿੰਦੀ ਵੀ ਸਵਰਨ ਜੀ ਆਈ ਡੋਂਟ ਥਿੰਕ ਸੋ ਵੀ ਸਿੰਘੂ ਬਾਰਡਰ ਪੇ ਦੇਰ ਆਰ ਫਾਰਮਰਸ। ਜੀ ਜੀ, ਮੈਂ ਕਿਹਾ ਯੂ ਆਰ ਵੈਰੀ ਮਚ ਟਰੂ ਜੀ, ਮੈਂ ਕਿਹਾ ਤੂੰ ਬਿਲਕੁਲ ਸਹੀ ਹੈ। ਕਹਿੰਦੀ ਡੂ ਯੂ ਐਗਰੀ, ਮੈਂ ਕਿਹਾ ਯੈਸ। ਮੈਂ ਕਿਹਾ ਜੈਸੇ ਆਪ ਪੱਤਰਕਾਰ ਨਹੀਂ ਲੱਗਦੀ ਹੋ ਜੀ। ਕਹਿੰਦੀ ਮੈਂ ਪੱਤਰਕਾਰ ਹੂੰ, ਮੇਰੇ ਹੱਥ ਮੇਂ ਮਾਈਕ ਹੈ। ਮੈਂ ਕਿਹਾ ਨਹੀਂ ਨਹੀਂ ਮਾਈਕ ਹੈ ਨਾ, ਪਰ ਖੱਦਰ ਦਾ ਤਾਂ ਨਹੀਂ ਪਾਇਆ ਨਾ ਕੁੜਤਾ ਜੀ। ਮੈਂ ਕਿਹਾ ਪੱਤਰਕਾਰ ਦੇ ਅੱਜ ਤੋਂ 30 ਸਾਲ ਪਹਿਲਾਂ ਜਿਹਾ ਖੱਦਰ ਦਾ ਕੁੜਤਾ ਹੁੰਦਾ ਸੀ, ਗਲ ਦੇ ਵਿੱਚ ਝੋਲਾ ਹੁੰਦਾ ਸੀ। ਮੈਂ ਕਿਹਾ ਪੈਨ ਇੱਕ ਹੁੰਦੀ ਸੀ ਤੇ ਜਿੱਥੇ ਮਿਲਦਾ ਸੀਗਾ ਉਹ ਕਾਗਜ਼ ਦੇ ਉੱਤੇ ਖਬਰ ਲਿਖ ਕੇ, ਟੈਲੈਕਸ ਫ੍ਰੀ ਹੁੰਦੀ ਸੀ ਉਹਨੂੰ ਸਰਕਾਰ ਵੱਲੋਂ, ਜਾਂ ਉਹ ਬੱਸ ਦੇ ਉੱਤੇ ਖਬਰ ਫੜਾਉਂਦਾ ਸੀ ਜੀ। ਤੇ ਹੁਣ ਆਪਾਂ ਤੁਹਾਡਾ ਦੇਖ ਲਓ, ਤੁਸੀਂ ਤਾਂ ਮੈਂ ਕਿਹਾ ਵੱਡੀ ਗੱਡੀ 'ਤੇ ਆਏ ਹੋ ਤੇ ਰਮਾਡਾ 'ਚ ਰਹਿ ਰਹੇ ਹੋ। ਕਹਿੰਦੀ ਇਹ ਤਾਂ ਗੱਲ ਹੈ। ਮੈਂ ਕਿਹਾ ਫੇਰ ਲੈ ਲਓ। ਮੈਂ ਕਹਿੰਦੀ ਇਹਦਾ ਕਿਸਾਨੀ ਦਾ ਅਸਰ ਕੀ ਹੈ, ਰੌਲਾ ਕੀ? ਮੈਡਮ ਮੈਂ ਕਿਹਾ ਮੈਂ ਤੇਰੇ, ਕਿਉਂਕਿ ਜਿਹਦੀ ਜਿਹਦਾ ਕਿੱਤਾ ਹੁੰਦਾ ਨਾ ਉਹਦੀ ਪਰਿਭਾਸ਼ਾ 'ਚ ਉਹਨੂੰ ਸਮਝਾਉਣਾ ਪੈਂਦਾ। ਮੈਂ ਇੱਕ ਤੁਹਾਨੂੰ ਪਤਾ ਵੀ ਇੱਕ ਸਾਰੇ ਟੀਵੀਆਂ ਦੇ ਉੱਤੇ ਇੱਕੋ ਏਜੰਸੀ ਦਾ ਉਹ ਚੈਨਲ ਨਹੀਂ ਹੈਗਾ, ਉਹ ਏਜੰਸੀ ਹੈ, ਤੁਸੀਂ ਸਾਰੇ ਉਹ ਮਾਈਕ ਦੇਖਦੇ ਹੋ ANI ਜੀ। ANI ਨੇ ਹੁਣ ਕੀ ਕੀਤਾ ਕਿ 10,000 ਦਾ ਕੈਮਰਾਮੈਨ ਹਾਇਰ ਕੀਤਾ ਜੀ, ਟਰਾਈਪੋਡ 'ਤੇ ਲਾਤਾ ਫਰੇਮ, ਉਹਨੂੰ ਦੱਸਤਾ ਵੀ ਇੰਨਾ ਕੁ ਖੋਲ੍ਹ ਕੇ ਰੱਖੀ, ਪਿੱਛੇ ਬੈਕਪੈਕ ਲੱਗਿਆ,
ਠੀਕ ਹੈ, ਲਾਈਵ ਵਿਊ ਦਾ ਤੇ ਉਹ ਸਾਰਿਆਂ ਨੂੰ ਵੰਡੀ ਜਾਂਦਾ। ਇਹੀ ਕਾਰਨ ਹੋਗਾ ਕਿ ਉਹਨੇ ਸਾਰਿਆਂ ਦੇ ਸਵਾਲਤ ਖਤਮ ਕਰਤੇ, ਪੱਤਰਕਾਰਤਾ ਦਾ ਕ੍ਰੈਡੀਬਿਲਿਟੀ ਖਤਮ ਕਰਤੀ, ਪੱਤਰਕਾਰਤਾ ਦਾ ਟੈਲੈਂਟ ਖਤਮ ਕਰਤਾ। ਮੈਂ ਕਿਹਾ ਸਾਡੇ ਨਾਲ ਵੀ ਆਹੀ ਹੋਣਾ ਜੀ, ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਸਾਡੇ ਸਰਕਾਰ ਕੱਪੜੇ ਲਾਹੇ, ਨੰਗੇ ਕਰੇ ਤੇ ਫਿਰ ਹੱਥ 'ਚ ਕਟੋਰਾ ਫੜਾਵੇ। ਉਹ ਇੰਨੀ ਕੁ ਕਨਵਿੰਸ ਹੋਈ ਉਸ ਗੱਲ ਦੇ ਨਾਲ ਜੀ। ਕਾਰਨ ਇਹੀ ਹੈ ਕਿ ਮੈਂ ਸਾਰੇ ਨੌਜਵਾਨਾਂ ਨੂੰ ਉੱਥੇ ਵੀ ਕਿਹਾ ਕਿ ਯਾਰ ਆਓ ਮੈਂ ਤੁਹਾਨੂੰ ਦੱਸਦਾ ਅਤੇ ਇਹਨਾਂ ਨਾਲ ਬਹਿ ਕੇ ਗੱਲਾਂ ਕਰੋ ਜੀ, ਇਹਨਾਂ ਦੇ ਪਰਦੇ ਜਿਹੜਾ ਲਾਹੋ। ਠੀਕ ਹੈ, ਇਹਨਾਂ ਦੀ ਮਜਬੂਰੀ ਹੈ, ਜੋ ਇਹਨਾਂ ਨੇ ਉੱਥੇ ਕਰਨਾ ਕਰਨਗੇ। ਠੀਕ ਆ, ਹੁਣ ਟੋਨ ਬਦਲ ਗਈ ਹੈ ਜਦੋਂ ਪਤਾ ਲੱਗਿਆ, ਮਾਈਕ ਆਈ ਡੀਜ਼ ਲਾ ਕੇ ਆ ਗਏ, ਪਤਾ ਲੱਗ ਗਿਆ ਕਿ ਸਾਡੇ ਸ਼ੇਅਰ ਡਿੱਗ ਪੈਣੇ ਆ, ਸਾਨੂੰ ਕਿਸੇ ਨੇ ਦੇਖਣਾ ਨਹੀਂ, ਕੱਲ੍ਹ ਨੂੰ ਐਡ ਨਹੀਂ ਮਿਲਣੀ, ਐਡ ਨਹੀਂ, ਜਦੋਂ ਤੁਸੀਂ ਵੀ ਸਿਆਣੇ ਜੇ ਕਿਸੇ ਨੇ ਦੇਖਣਾ ਨਹੀਂ, ਜੇ ਅੱਜ ਇੱਕ ਟਾਵਰ ਕੀ ਕਹਿੰਦੇ ਆ ਬੰਦ ਕੀਤੇ ਜਾ ਰਹੇ, ਕੱਲ੍ਹ ਨੂੰ ਤਾਂ ਤੁਸੀਂ ਵੀ ਸਿਆਣੇ ਵੀ ਡਿਸ਼ ਵੀ ਬੰਦ ਹੋ ਸਕਦੀ ਹੈ। ਬਿਲਕੁਲ ਵੀ ਅਸੀਂ ਸਿੱਧਾ ਜੇ ਦੇਖਣਾ ਹੀ ਨਹੀਂ, ਡਿਸ਼ ਜੇ ਦੇਖਣਾ, ਅੱਜ ਕੱਲ੍ਹ ਤੁਸੀਂ ਵੀ ਸਿਆਣੇ ਹੋ, ਸਮਾਰਟ ਟੀ ਵੀ ਆ ਗਏ, ਅਗਲਾ ਯੂਟਿਊਬ ਦੇਖੂਗਾ, ਫੇਸਬੁੱਕ ਦੇਖੂਗਾ, ਬੜੀਆਂ ਐਪਸ ਨੇ, ਉਹਨਾਂ ਨੇ ਫਿਰ ਇਹਨਾਂ ਦੀ ਬਕਵਾਸ ਕਿਉਂ ਸੁਣਨੀ ਆ। ਰਾਈਟ, ਫਿਰ ਹੁਣ ਉਹ ਸੁਧਰਦੇ ਨਜ਼ਰ ਆ ਰਹੇ ਨੇ, ਕਿਉਂਕਿ ਇਹ ਵੀ ਇੱਕ ਕਿਸਾਨ ਸੰਘਰਸ਼ ਦੀ ਪ੍ਰਾਪਤੀ ਹੈ ਜੀ। ਪਰ ਲੜਾਈ ਕਰਾਉਣਾ, ਹੋਰ ਕਰਾਉਣਾ, ਕਿਸੇ ਦੇ ਗਲ ਪੈਣਾ, ਜਾਂ ਜਿਵੇਂ ਆਪਾਂ ਗੱਲ ਕੀਤੀ ਕਿਸੇ ਦੀ ਨੌਕਰੀ ਤੇ ਗੱਲ ਜਾਣੀ, ਜੇ ਉਹ ਇਹ ਕਹੇਗਾ ਆਪਣੇ ਦਫ਼ਤਰ ਜਾ ਕੇ ਵੀ ਮੈਂ ਨੀ, ਉਹਨੂੰ ਅਸਾਈਨਮੈਂਟ ਕਹੇਗਾ ਵੀ ਜਾਓ ਜੀ ਕਿਸਾਨ ਅੰਦੋਲਨ ਕਵਰ ਕਰਕੇ ਆਓ, ਉਹ ਕਹਿੰਦੇ ਜੀ ਉੱਥੇ ਤਾਂ ਸਾਡੀ ਹੂਟਿੰਗ ਹੁੰਦੀ ਹੈ, ਸਾਨੂੰ ਛਿੱਤਰ ਮਾਰਦੇ ਨੇ, ਉਹ ਹੌਲੀ ਹੌਲੀ ਕਹੂਗਾ ਤੂੰ ਫਿਰ ਅਗਲੇ ਮਹੀਨੇ ਤੋਂ ਕੱਖ ਨਾ ਆਇਆ, ਨਹੀਂ ਤਾਂ ਉਹਦੀ ਕਹਿ ਦੂਗਾ ਤੂੰ ਰਹਿ ਨਹੀਂ ਦੇ, ਹਾਲਾਤ ਕੀ ਨੇ ਬੰਦੇ ਦੇ, ਉਹਦੀ ਤਾਂ ਇੱਕ ਨੌਕਰੀ ਹੈ ਨਾ ਜੀ ਜੀ। ਇੱਕ ਪੰਜਾਬ ਦਾ ਮਾਸਟਰ ਉੱਥੇ ਅਗਰ ਧਰਨੇ ਚ ਸ਼ਾਮਿਲ ਹੋਣ ਗਿਆ, ਉਹਦੀ ਨੌਕਰੀ ਤੇ ਤਾਂ ਨੀ ਨਾ ਬਣੀ। ਇੱਕ ਮੈਂ ਇੱਕ ਐਗਜ਼ਾਮਪਲ ਲਿੱਤੀ ਆ ਮਾਸਟਰ ਦੀ, ਕੋਈ ਵੀ ਕੋਈ ਸਰਕਾਰੀ ਮਾਸਟਰ ਨੌਕਰੀ ਵਾਲਾ ਬੰਦਾ, ਪ੍ਰਾਈਵੇਟ ਨੌਕਰੀ ਵਾਲਾ, ਕੋਈ ਕਾਰੋਬਾਰੀ, ਕਿਉਂਕਿ ਧਰਨੇ 'ਚ ਤਾਂ ਬੈਂਦੇ ਰਹਿੰਦੇ ਸਰਕਾਰਾਂ ਦੇ ਅਗੇਂਸਟ। ਇਹਦਾ ਮਸਲਾ ਹੈ, ਇਹ ਸਾਰੇ ਦੇਸ਼ ਨੂੰ, ਸਾਰੇ ਵਰਗ ਨੂੰ ਪ੍ਰਭਾਵਿਤ ਕਰ ਰਿਹਾ ਹੈ, ਪਰ ਇਸ ਸਮੇਂ ਦੇ ਵਿੱਚ ਇਹ ਇੱਕ ਸ਼ੀਤ ਯੁੱਧ ਹੈ, ਇਹ ਕੋਈ ਪਰ ਗੱਲ ਆਪਾਂ ਫੇਰ ਆਪਾਂ ਮੇਨ ਮੁੱਦੇ ਤੇ ਆਈਏ। ਗੱਲ ਉਹੀ ਆ ਰਹੀ ਹੈ ਕਿ ਜਿਹੜੇ ਟਰੈਕਟਰ ਰੈਲੀਆਂ ਕੱਢ ਰਹੇ ਸੀ, ਹਾਂ ਪੰਜਾਬ ਦੇ ਸਿੱਧਾ ਤੌਰ ਤੇ ਕਹਿ ਲਈਏ ਸੁਖਬੀਰ ਸਿੰਘ ਬਾਦਲ ਐਂਡ ਕੈਪਟਨ ਅਮਰਿੰਦਰ ਸਿੰਘ, ਜੀ 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 ਜੀ, ਹਾਂ ਇਹ ਇੱਥੇ ਤਾਂ ਸੋਫਿਆਂ ਦੇ ਲਾ ਕੇ ਜਾਂ ਚੰਡੀਗੜ੍ਹ 'ਚ ਗ੍ਰਿਫਤਾਰੀਆਂ ਦੇ ਕੇ ਉੱਥੇ ਤਾਂ ਕਰਦੇ ਰਹੇ, ਪਰ ਇਹ ਹੁਣ ਟਰਾਲੀ ਵਾਲੀਆਂ ਰੈਲੀਆਂ 'ਚ ਕਿਉਂ ਨਹੀਂ ਆ ਰਹੇ ਟਰਾਲੀਆਂ? ਉਹੀ ਗੱਲ ਹੈ ਕਿ ਸਿਆਸੀ ਟੋਚਨ ਜਿਹੜੇ ਨੇ, ਸਿਆਸੀ ਟਰੈਕਟਰ ਜਿਹੜੇ ਨੇ, ਉਹ ਜਿਹੜੀ ਕਿਸਾਨਾਂ ਦੀਆਂ ਟਰਾਲੀਆਂ ਨੇ, ਹੁਣ ਉਹਨਾਂ ਨੂੰ ਖਿੱਚਣ ਦੇ ਕਾਬਲ ਨਹੀਂ ਹੈ। ਸਿਆਸੀ ਤੌਰ ਤੇ ਗੱਲ ਕਹਿ ਰਹੇ ਹਾਂ ਕਿ ਸਮਝ ਲੈਣੀ ਚਾਹੀਦੀ ਹੈ ਵੀ ਹੁਣ ਤੁਹਾਡੇ ਉਹਨਾਂ 'ਚ ਜ਼ੋਰ ਨਹੀਂ ਰਿਹਾ ਹੁਣ ਟਰੈਕਟਰਾਂ 'ਚ, ਜਿਹੜਾ ਤੁਸੀਂ ਕਿਸਾਨਾਂ ਦੇ ਟਰਾਲੀਆਂ ਨੂੰ ਟੋਚਣ ਪਾ ਲਓਗੇ, ਯਾਨੀ ਕਿ ਪੰਜਾਬ ਦੇ ਵੋਟ ਬੈਂਕ ਨੂੰ ਟੋਚਣ ਪਾ ਲਓਗੇ ਤੁਸੀਂ, ਵੋਟਾਂ ਵਾਲੀ ਟਰਾਲੀ ਨੂੰ ਟੋਚਣ ਨਹੀਂ ਪਾ ਸਕਦੇ ਹੁਣ ਤੁਸੀਂ ਜੀ। ਖਾਸ ਕਰ ਉਦੋਂ ਇਹ ਪੰਜਾਬ ਦੇ ਪ੍ਰਸੰਗ ਵਿੱਚ ਹੋਰ ਵੱਡੀ ਹੋ ਜਾਂਦੀ ਜੀ ਗੱਲ, ਕਿਉਂਕਿ ਪੰਜਾਬ ਅੱਜ ਤੋਂ ਇਹਨਾਂ ਦਿਨਾਂ ਦੇ ਵਿੱਚ ਹੀ ਅਗਲੇ ਸਾਲ ਲਗਭਗ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਹੋਏਗਾ, ਲਗਭਗ ਜਿਹਨਾਂ ਦਿਨਾਂ 'ਚ ਆਪਾਂ ਅੱਜ ਗੱਲ ਕਰ ਰਹੇ ਹਾਂ, ਤੇ ਪੰਜਾਬ ਦੀ ਤਾਂ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਪੰਜਾਬ ਤਾਂ ਹੁਣ ਰਿਜ਼ਲਟ ਦੇਵੇਗਾ ਜੀ, ਤੇ ਇਹ ਰਿਜ਼ਲਟ ਮੇਰੇ ਖਿਆਲ 'ਚ ਤੇ ਦਿੱਲੀ ਤੋਂ ਵੀ ਮੇਰੇ ਖਿਆਲ 'ਚ ਤੈਅ ਕਰਕੇ ਆਣੀ ਚਾਹੀਦੀ ਹੈ ਕਿਸਾਨਾਂ ਨੂੰ। ਜੇ ਨਿਰਪੱਖ ਹੋ ਕੇ ਚੋਣਾਂ ਲੜ ਲੈਣ ਕਿਸਾਨ, ਕਿਸੇ ਵੀ ਪਾਰਟੀ ਦੇ ਪਿੱਛੇ ਨਾ ਲੱਗ ਕੇ, ਜਿੱਦਾਂ ਹੁਣ ਕਿਸਾਨਾਂ, ਹੁਣ ਹਰ ਇੱਕ ਲੀਡਰ ਨੂੰ ਕਹਿਣਾ ਪੈ ਰਿਹਾ ਕਿ ਮੈਂ ਤਾਂ ਕਿਸਾਨਾਂ ਦੇ ਪਿੱਛੇ ਲੱਗਣ ਆਇਆ, ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਬਰਾਬਰ ਚੱਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੀ ਛੇਤੀ ਅੱਕ ਲਾ ਗਈ। ਉਹ ਤਾਂ ਹਜੇ ਵੀ ਲੱਗੇ ਹੋਏ ਨੇ, ਹਜੇ ਵੀ ਲੱਗੇ ਹੋਏ ਨੇ, ਫਿਰ ਮੂਰਖਤਾ ਕਰ ਰਹੇ ਨੇ ਨਾ, ਉਹਨਾਂ ਨੂੰ ਪਤਾ ਉਹਨਾਂ ਨੂੰ ਹੁਣ ਕਿੱਥੇ ਗਿਣ ਰਿਹਾ ਕੋਈ। ਤੇ ਕੁੱਲ ਮਿਲਾ ਕੇ ਇਹ ਕਿਸਾਨ ਅਜਿਹੇ ਹੈ ਕਿ ਅਗਵਾਈ ਕਰਨ ਅਗਲੀ ਇਲੈਕਸ਼ਨ ਦੇ ਵਿੱਚ, ਉੱਥੋਂ ਹੀ ਆਪਣੇ ਲੀਡਰ ਚੁਣ ਕੇ ਲਿਆਉਣ, ਉੱਥੋਂ ਹੀ ਟਿਕਟਾਂ ਵੰਡ ਕੇ ਆਉਣ, ਤੇ ਫਿਰ ਅਸਲੀ ਰਿਜ਼ਲਟ ਪੰਜਾਬ ਦੇਏਗਾ, ਅਸਲੀ ਜਿੱਤ ਤਾਂ ਉਦੋਂ ਹੋਣੀ ਹੈ ਜਦੋਂ ਤੁਸੀਂ ਵਿਧਾਨ ਸਭਾ 'ਚ ਬੈਠੋਗੇ ਜਾ ਕੇ ਜੀ ਜੀ ਜੀ। ਪਰ ਦੂਸਰੇ ਪਾਸੇ ਕੁਝ ਖਬਰਾਂ ਆ ਰਹੀਆਂ ਨੇ, ਦੇਖੋ ਬੀਜੇਪੀ ਦੇ ਵਰਕਰ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਉੱਤੇ ਹੁਣ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਹੈ ਕਈ ਥਾਵਾਂ ਤੋਂ।
ਇਹਨੂੰ ਕੀ ਦਿੱਲੀ 'ਚ ਪੰਜਾਬ ਦਿੱਲੀ ਦੇ ਵਿੱਚ ਵੀ ਹੈ ਕੋਈ ਮੇਰੇ ਕੋਲ ਕੀਤੀ ਹੈ ਪਤਾ ਨਹੀਂ ਉਹ ਪੁਰਾਣੀ ਹੈ ਕਿ ਨਵੀਂ ਹੈ ਸਾਰੀ 10 ਸਕਿੰਟ ਦੀ ਹੈ ਪਰ ਇੱਕ ਚੀਜ਼ ਤਾਂ ਸਾਹਮਣੇ ਹੈ ਕਿ ਜਿਸ ਢੰਗ ਦੇ ਨਾਲ ਪੱਤਰਕਾਰਾਂ ਨੂੰ ਹੀ ਟ੍ਰੋਲ ਕੀਤਾ ਜਾ ਰਿਹਾ ਬੜੀ ਹੈਰਾਨੀ ਦੀ ਗੱਲ ਹੈ ਜੀ ਦੇਖੋ ਪੱਤਰਕਾਰਾਂ ਨੂੰ ਟ੍ਰੋਲ ਕਰਨਾ ਹੋ ਸਕਦਾ ਹੈ ਕਿ ਦੇਖੋ ਹਰ ਇੱਕ ਪਾਰਟੀ ਦੇ ਆਈ ਟੀ ਵਿੰਗ ਨੇ ਆਮ ਬੰਦੇ ਕੋਲ ਕਿੱਥੇ ਸਮਾਂ ਹੁੰਦਾ ਕਿਸੇ ਨੂੰ ਟ੍ਰੋਲ ਕਰਨ ਦਾ ਆਮ ਬੰਦੇ ਕੋਲ ਤਾਂ ਕੋਈ ਵੀਡੀਓ ਪੂਰੀ ਸੁਣਨ ਦਾ ਸਮਾਂ ਨਹੀਂ ਹੁੰਦਾ ਬਿਲਕੁਲ ਕੋਈ ਮੈਸੇਜ ਪੂਰਾ ਪੜਨ ਦਾ ਸਮਾਂ ਨਹੀਂ ਹੁੰਦਾ ਬਿਲਕੁਲ ਮੈਂ ਤੁਹਾਡੇ ਉਹਦੇ ਤੇ ਮੈਸੇਜ ਦੇਖ ਰਿਹਾ ਸੀ ਜਿੱਦਾਂ 200-200 ਸ਼ਬਦਾਂ ਦੇ ਮੈਸੇਜ ਲਿਖੇ ਨੇ 300-300 ਸ਼ਬਦਾਂ ਦੇ ਮੈਸੇਜ ਲਿਖੇ ਹੋਏ ਨੇ ਬੜੀ ਢੁਕਵੀਂ ਭਾਸ਼ਾ ਵਰਤੀ ਗਈ ਹੈ ਚਿਬ ਚਿਬ ਕੇ ਭਾਸ਼ਾ ਵਰਤੀ ਗਈ ਹੈ ਇਹ ਤਾਂ ਏਦਾਂ ਲੱਗਦਾ ਕਿ ਕੋਈ ਪ੍ਰੋਪਰ ਲੈਪਟਾਪ ਖੋਲ ਕੇ ਬੈਠਾ ਤੇ ਉਹਦਾ ਸਵੇਰ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਡਿਊਟੀ ਹੈ ਕਿ ਤੂੰ ਟ੍ਰੋਲ ਕਰਨਾ ਹੈ ਜੀ ਕੋਈ ਤੈਨੂੰ ਤਨਖਾਹ ਮਿਲਣੀ ਹੈ ਆਪਣੀ ਜਿਹੜੀ ਹੈਗੀ ਹੈ ਸੋਚ ਨਹੀਂ ਬਣਾਉਣੀ ਚਾਹੀਦੀ ਆਪਣੀ ਜਜਮੈਂਟ ਨਹੀਂ ਹੋਣਾ ਚਾਹੀਦਾ ਕਿ ਇਸ ਬੰਦੇ ਦਾ ਤਾਂ ਬਹੁਤ ਵਿਰੋਧ ਹੋਣ ਲੱਗ ਪਿਆ ਆਦਾਨੀ ਵਾਲੀ ਨੇ ਇਹ ਗੱਲ ਕਹਿਤੀ ਤਾਂ ਇਹਦਾ ਵਿਰੋਧ ਹੋਣ ਲੱਗ ਪਿਆ ਨੀਲ ਭੁਲਿੰਦਰ ਨੇ ਇਹ ਗੱਲ ਕਹਿ ਦਿੱਤੀ ਵਿਰੋਧ ਉਹ ਵਿਰੋਧ ਆਮ ਲੋਕ ਨਹੀਂ ਕਰ ਰਹੇ ਹੈਗੇ ਉਹ ਭਾੜੇ ਰੱਖੇ ਹੋਏ ਲੋਕ ਕਰ ਰਹੇ ਨੇ ਜੀ ਜੀ ਮੈਂ ਨਾ ਤੁਹਾਨੂੰ ਇੱਕ ਬੜੀ ਵਧੀਆ ਗੱਲ ਦੱਸਦਾ ਮੈਂ ਉਹ ਮੈਂ ਲਿਖਿਆ ਨਾ ਜਦੋਂ ਮੈਂ ਕਿਹਾ ਵੀ ਬੱਚੀ ਨੂੰ ਐਂ ਕਰਨਾ ਚਾਹੀਦਾ ਸੀ ਮੈਂ ਅੱਜ ਪਹਿਲੀ ਵਾਰੀ ਤੁਹਾਡੇ ਕੋਲ ਮੈਂ ਆਪਣੀ ਜ਼ਿੰਦਗੀ ਦੀ ਇੱਕ ਬਹੁਤ ਸੀਕ੍ਰੇਟ ਗੱਲ ਦੱਸਣ ਲੱਗਿਆ ਨੀਲ ਜੀ ਜੀ ਮੈਂ ਕਾਂਗਰਸ ਦੀ ਪ੍ਰੈਸ ਕਾਨਫਰੰਸ ਸੀ 2000 ਇਹ ਗੱਲ ਹੈ 1997-98 ਦੀ ਜੀ ਮੈਂ ਕੋਈ ਇਹੋ ਜਿਹਾ ਸਵਾਲ ਕਰਤਾ ਤੇ ਪਿੱਛੇ ਬੈਠੇ ਇੱਕ ਪੱਤਰਕਾਰ ਨੇ ਮੇਰੇ ਕੰਨ ਤੇ ਜੜਤੀ ਅੱਛਾ ਥੱਪਾ ਮਾਰਦਾ ਤੁਹਾਡੇ ਹਾਂ ਹਾਂ ਓਕੇ ਕਹਿੰਦਾ ਇਹ ਕਿਆ ਹੈ ਮੈਂ ਬਈ ਦੀ ਗੱਲ ਹੈ ਦਿੱਲੀ 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 ਓਕੇ ਮੈਂ ਬਈ ਧੌਣ ਸਿੱਟ ਲਈ ਬੱਚੇ ਸੀਗੇ ਤੁਸੀਂ ਵੀ ਸਾਨੂੰ ਆਪਾਂ ਕਿੰਨੇ ਕੁ ਵੱਡੇ ਸੀ ਬਿਲਕੁਲ 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 ਹੁਣ ਮੈਂ ਮੇਰੇ ਕੈਮਰਾਮੈਨ ਨੂੰ ਪੁੱਛਿਆ ਮੈਂ ਕਿਹਾ ਮੇਰੇ ਚੰਡ ਕਿਹਨੇ ਮਾਰੀ ਕਹਿੰਦੇ ਜੀ ਫਲਾਨੇ ਪੱਤਰਕਾਰ ਕਹਿੰਦੇ ਪੋਲੀਟੀਕਲ ਆਪਣੇ ਆਏ ਸੀਗੇ ਐਡੀਟਰ ਉਹ ਕੁਦਰਤ ਦੁਰਦ ਪਤਾ ਨਹੀਂ ਕਿਵੇਂ ਆ ਗਏ ਮੈਂ ਜੀ ਤੀਜੇ ਦਿਨ ਉਹਨਾਂ ਦੇ ਆਫਿਸ ਚਲਾ ਗਿਆ ਤੇ ਆਫਿਸ ਚਲਾ ਗਿਆ ਉਹਨਾਂ ਨੂੰ ਐਂ ਲੱਗਿਆ ਵੀ ਇਹ ਮੁੰਡਾ ਲੜਨ ਆ ਗਿਆ ਕਿਤੇ ਸਕਿਉਰਿਟੀ ਇਸ ਕੋ ਨਿਕਾਲੋ ਬਾਹਰ ਮੈਂ ਜੀ ਜੋੜੇ ਲਾ ਕੇ ਤੇ ਹੱਥ ਜੋੜ ਲਏ ਤੇ ਜਦੋਂ ਹੱਥ ਜੋੜਦੇ ਤੁਸੀਂ ਵੀ ਸਾਡੇ ਸਮਝਦਾਰ ਸੀ ਆਓ ਬੈਠੋ ਹੈਂ ਮੋਢੇ ਤੇ ਹੱਥ ਵੀ ਰੱਖ ਲਿਆ ਮੈਂ ਕਿਹਾ ਸਰ ਮੈਂ ਬੈਠੂੰਗਾ ਤਾਂ ਜੇ ਮੈਂ ਇਹ ਵਾਅਦਾ ਕਰੋਗੇ ਮੈਨੂੰ ਮੇਰੀ ਗਲਤੀ ਦੱਸੋਗੇ ਕਹਿੰਦੇ ਬੈਠ ਬੇਟਾ ਮੈਨੂੰ ਕਹਿੰਦੇ ਵੀ ਤੂੰ ਨੇ ਤੇਰੇ ਕੋਲ ਪਤਾ ਵੀ ਪ੍ਰੈਸ ਕਾਨਫਰੰਸ ਮੀਟ ਦਾ ਪ੍ਰੈਸ ਮੇਂ ਕਿਆ ਫਰਕ ਹੋਤਾ ਹੈ ਮੈਂ ਕਿਹਾ ਜੀ ਨਹੀਂ ਪਤਾ ਫਿਰ ਪੱਤਰਕਾਰ ਤਾਂ ਕਹਾਂ ਸੇ ਕੀ ਆਪਨੇ ਆਪਕੋ ਪੜਾ ਹੈ ਨਹੀਂ ਕਿਸੀ ਨੇ ਜੀ ਕਹਿੰਦੇ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਸਬਜੈਕਟ ਰਿਲੇਟਡ ਹੁੰਦੀ ਹੈ ਜੀ ਤੁਸੀਂ ਉਹਨੇ ਸਬਜੈਕਟ ਉਹ ਬੋਲ ਰਿਹਾ ਤੁਸੀਂ ਉਹਦੇ ਵਿੱਚ ਗੱਲ ਕਰੋ ਬਿਲਕੁਲ ਜਦੋਂ ਬੰਦਾ ਮੀਟ ਦਾ ਪ੍ਰੈਸ ਕਰਦਾ ਫਿਰ ਜਿਹੜਾ ਮਰਜ਼ੀ ਸਵਾਲ ਕਰੋ ਫਿਰ ਉਹ ਅਵੇਲੇਬਲ ਹੈ ਤੁਹਾਡੇ ਕੋਲ ਉਹ ਅਵੇਲੇਬਲ ਹੈ ਜਾਂ ਫਿਰ ਉਹਨੂੰ ਪਾਸੇ ਲੈ ਜਾਓ ਵੀ ਮੈਂ ਤੁਹਾਡੇ ਤੋਂ ਆਹ ਸਵਾਲ ਕਰਾਂ ਆਪਣੀ ਗੱਲ ਕਹਿਣ ਆਇਆ ਉਹ ਆਪਣੀ ਗੱਲ ਕਹਿ ਤੇ ਉਹਦੀ ਗੱਲ ਦਾ ਸਵਾਲ ਉਹਦੀ ਗੱਲ 'ਚੋਂ ਸਵਾਲ ਕੱਢੋ ਜੀ ਸ਼ਾਇਦ ਮੈਨੂੰ ਅੱਜ ਵੀ ਇਹ ਗੱਲ ਇੰਨੀ ਕੁ ਕੰਮ ਦੀ ਹੈ ਜੇ ਹੁਣ ਕਿਸੇ ਬੱਚੇ ਨੂੰ ਇੰਨੀ ਗੱਲ ਕਹਿ ਦਈਏ ਨਾ ਜਿਵੇਂ ਮੈਂ ਕਿਹਾ ਤੇ ਲੋਕ ਮੈਨੂੰ ਗਾਲਾਂ ਕੱਢਣ ਲੱਗ ਪਏ ਉਹ ਮੈਂ ਕਿਹਾ ਭਾਈ ਉਹ ਸਾਡੀ ਬੱਚੀ ਹੈ ਜਿੱਥੇ ਦੁਸ਼ਮਣ ਜਿੱਥੇ ਜਿਹੜੇ 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 ਮੋਰਚੇ ਤੇ ਜਿਹੜੇ ਬਾਰਡਰ ਤੇ ਦੁਸ਼ਮਣ ਨਾਲ ਦਸਤ ਪੰਜਾ ਕਰਨਾ ਜਾਂ ਆਮੋ ਸਾਹਮਣੇ ਗੋਲੀਬਾਰੀ ਕਰਨੀ ਜਾਂ ਬੰਕਰਾਂ ਚ ਬਹਿ ਕੇ ਗੋਲੀਬਾਰੀ ਕਰਨੀ ਹੈ ਉੱਥੇ ਤੁਸੀਂ ਹੈਂਡ ਗ੍ਰਨੇਡ ਥੋੜਾ ਸੁੱਟੋਗੇ ਬਿਲਕੁਲ ਬਿਲਕੁਲ ਸਿਆਣੀ ਗੱਲ ਹੈਂਡ ਗ੍ਰਨੇਡ ਜਿੱਥੇ ਹੈਂਡ ਗ੍ਰਨੇਡ ਨੇ ਕੰਮ ਕਰਨਾ ਉੱਥੇ ਹੈਂਡ ਗ੍ਰਨੇਡ ਨੇ ਕਰਨਾ ਇਹ ਤਾਂ ਇੰਟਰਨਲ ਸਕਿੱਲ ਨੇ ਜਰਨਲਿਜ਼ਮ ਦੇ ਜਿਹੜੇ ਨਾਲੇ ਆਪਾਂ ਸਿੱਖਦੇ ਆ ਦੇਖੋ ਸਿੱਖਦੇ ਆ ਦੂਜਾ ਪਾਸਾ ਵੀ ਲੈਣਾ ਆ ਜਾਨੇ ਉਹ ਲੜਕੀ ਜਿਹੜੀ ਦਾ ਹੋਇਆ ਚੰਦਨ ਪ੍ਰੀਤ ਕੌਰ ਸਮਥਿੰਗ ਨਾਮ ਜੀ ਜੀ ਹਾਂ ਚੰਦਨ ਪ੍ਰੀਤ ਉਹਦਾ ਇੱਕ ਤਰ੍ਹਾਂ ਨਾਲ ਤੁਸੀਂ ਇੱਕ ਕੈਰੀਅਰ ਉਹਨੂੰ ਇੰਨਾ ਜ਼ਿਆਦਾ ਉਹਨੂੰ ਉਸ ਲਿਆ ਕੇ ਉਹਦਾ ਕੈਰੀਅਰ ਖਤਮ ਹੋ ਰਿਹਾ ਉਹਦਾ ਕੈਰੀਅਰ ਖਤਮ ਹੋ ਗਿਆ ਉਹਨੂੰ
ਵੱਡਾ ਕੋਈ ਮੀਡੀਆ ਹਾਊਸ ਸੌਖਾ ਜਿਹਾ, ਕਿਉਂਕਿ ਉਹਨਾਂ ਨੇ ਐਚ ਆਰ ਦੇ ਵਿੱਚ ਪ੍ਰੋਫਾਈਲ ਚਲੇ ਜਾਣੇ ਨੇ, ਉਹ ਉਹਨਾਂ ਨੇ ਪੈਰਾਮੀਟਰ ਤੇ ਪੂਰਾ ਨਹੀਂ ਉਤਰਨਾ, ਕਿਉਂਕਿ ਉਹ ਬੱਚੀ ਟੈਲੈਂਟ ਹੈ, ਟੈਲੈਂਟ ਬਹੁਤ ਜ਼ਿਆਦਾ ਉਹ ਬੱਚੀ ਚ, ਬਹੁਤ ਜ਼ਿਆਦਾ ਹਿੰਮਤ ਹੈ, ਉਹਦੇ ਦਲੇਰੀ ਹੈ, ਦਲੇਰੀ ਆਉਣ ਦੀ ਦਲੇਰੀ ਹੈ, ਕਰ ਚੁੱਕਾ ਟੀਵੀ ਦੀਆਂ ਵੀ, ਰੇਡੀਓ ਦੀਆਂ ਵੀ, ਸਿੱਧਾ ਸਿੱਧਾ ਅਸੂਲ ਹੁੰਦਾ ਕਿ ਜਦੋਂ ਸਵਾਲ ਦਾ ਜਵਾਬ ਨਹੀਂ ਨਾ ਮਿਲ ਰਿਹਾ ਜੀ, ਤੁਸੀਂ ਜਵਾਬ ਪੁੱਛ ਲਓ, ਸਵਾਲ ਆਪ ਹੀ ਦੱਸ ਦੂ, ਅਗਲਾ ਆਪੇ ਹੀ ਦੱਸ ਦਿੰਦਾ, ਉਹ ਤਾਂ ਲੋਕਾਂ ਦੇ ਜਵਾਬ ਮੂੰਹ ਚ ਪਾ ਦੋ ਉਹਦੇ, ਇਹ ਫਿਰ ਤੁਸੀਂ ਦੇਖਣਾ ਜੀ, ਨਾਲੇ ਲੋਕਾਂ ਨੇ ਡਿਸਾਈਡ ਕਰਨਾ, ਵਿਊਅਰਸ ਨੇ ਡਿਸਾਈਡ ਕਰਨਾ, ਪੜ੍ਹਨ ਵਾਲਿਆਂ ਨੇ ਡਿਸਾਈਡ ਕਰਨਾ ਵੀ ਇਹ ਤਾਂ ਭੱਜ ਗਿਆ, ਜੇ ਭੱਜ ਗਿਆ ਤਾਂ ਭੱਜ ਗਿਆ, ਗੱਲ ਖਤਮ ਹੋ ਗਿਆ, ਭੱਜ ਗਿਆ ਬਿਲਕੁਲ, ਇੱਥੇ ਤੁਸੀਂ ਕੋਰਟ ਟ੍ਰਾਇਲ ਕੋਰਟ ਨਹੀਂ ਨਾ ਬਣ ਸਕਦੇ, ਆਪਾਂ ਹੁਣ ਕਿਉਂ ਕਹਿੰਦੇ ਹਾਂ ਕਿ ਮੀਡੀਆ ਦੀ ਕਿਉਂ ਬਦਨਾਮੀ ਹੋਈ ਜਦੋਂ ਉਹ ਸੋਸ਼ਲ ਟ੍ਰਾਇਲ ਮੀਡੀਆ ਟ੍ਰਾਇਲ ਕਰਨੇ ਸ਼ੁਰੂ ਕਰਦੇ ਨਹੀਂ ਜੀ, ਨਹੀਂ ਮੈਂ ਤਾਂ ਸਿੰਪਲ ਜੀ ਇੱਕ ਗੱਲ ਕਹਿੰਦਾ ਜੀ, ਦੇਖੋ ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ ਜੋ ਮਰਜ਼ੀ ਲੱਗੇ, ਪਰ ਇਹ ਸੱਚ ਹੈ, ਟੱਲ ਸੱਚਾਈ ਹੈ, ਟਰਾਲੀ ਟਾਈਮਸ ਕੱਢਣਾ ਪੈ ਗਿਆ ਉਹਨਾਂ ਨੂੰ, ਆਪਣੇ ਪੋਰਟਲ ਕੱਢਣੇ ਪੈ ਗਏ, ਟਰੈਕਟਰ ਟੂ ਟਰਾਲੀ ਕੱਢਣਾ ਪੈ ਗਿਆ, ਕਿਉਂ, ਕਿਉਂਕਿ ਜੋ ਸਥਾਪਿਤ ਮੀਡੀਆ ਜਾਂ ਇਸ ਵਕਤ ਜੋ ਪ੍ਰੋਮੀਨੈਂਟਲੀ ਉੱਥੇ ਕਵਰ ਕਰ ਰਿਹਾ ਮੀਡੀਆ ਹੈ, ਚਾਹੇ ਯੂਟਿਊਬਰ ਨੇ, ਚਾਹੇ ਨਵੇਂ ਚੈਨਲ ਨੇ, ਚਾਹੇ ਪੁਰਾਣੇ ਨੇ, ਉਹ ਇੱਕ ਤਰ੍ਹਾਂ ਨਾਲ ਅਸਿੱਧੇ ਤੌਰ ਤੇ ਉਹਨਾਂ ਦੀ ਹੋਂਦ ਨੂੰ ਰੱਦ ਕਰ ਰਿਹਾ ਹੈ, ਤੁਹਾਡੇ ਤੋਂ ਨਹੀਂ ਸਰਿਆ, ਸਾਨੂੰ ਤੁਹਾਡੇ ਤਰ੍ਹਾਂ ਨਹੀਂ ਸਰਿਆ, ਅਸੀਂ ਤਾਂ ਆਪਣਾ ਮੀਡੀਆ ਲੈ ਕੇ ਆਏ ਹਾਂ, ਇਹ ਦੂਜੇ ਪਾਸੇ ਰੱਦ ਵੀ ਤਾਂ ਕਰ ਰਿਹਾ ਨਾ, ਰੱਦ ਕਰ ਰਿਹਾ, ਬਿਲਕੁਲ ਕਰ ਰਿਹਾ, ਬਿਲਕੁਲ ਸਿਆਣੀ ਗੱਲ, ਕਿਸੇ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਮੈਨੂੰ ਤੁਸੀਂ ਦੱਸੋ ਇੱਕ ਮੀਡੀਆ ਹਾਊਸ ਨੇ ਗਰੇਵਾਲ ਤੇ ਬਿੱਟੂ ਦੀ ਆਪਸ ਖੜਾ ਕੇ ਲੜਾਈ ਕਰਾਈ ਹੈ, ਦੋਵੇਂ ਪੱਗਾਂ ਵਾਲੇ ਬੰਦੇ ਨੇ, ਵੀ ਤੁਸੀਂ ਬੀਜੇਪੀ ਦਾ ਹਿੰਦੂ ਚਿਹਰਾ ਤੁਹਾਨੂੰ ਕਿਉਂ ਨਹੀਂ ਮਿਲਿਆ, ਤੁਸੀਂ ਨੈਸ਼ਨਲ ਚੈਨਲ ਹੋ, ਤੁਹਾਡੇ ਚ ਹਿੰਮਤ ਨਹੀਂ ਹੈਗੀ ਕਿ ਤੁਸੀਂ ਮਿੱਥ ਕੇ ਪੱਗ ਵਾਲਾ ਬੰਦਾ ਪੱਗ, ਜਦੋਂ ਪਤਾ ਹੈ ਕਿ ਦੋਵੇਂ ਲੜਦੇ ਨੇ ਆਪਸ ਚ, ਤਾਂ ਸਰਦਾਰਾਂ ਦਾ ਜਲੂਸ ਕਢਾ ਰਿਹਾ ਇੱਕ ਉੱਥੇ ਬੰਦਾ ਖੜਾ ਹੋ ਕੇ ਲਾਈਵ ਚ, ਸੋ ਇਹ ਚੀਜ਼ਾਂ ਤਾਂ ਸਮਝਣੀਆਂ ਪੈਣੀਆਂ ਨਾ, ਬਿਲਕੁਲ ਬਿਲਕੁਲ, ਪੰਜਾਬੀ ਨੂੰ ਪੰਜਾਬੀ ਨਾਲ ਲੜਾਇਆ ਜਾ ਰਿਹਾ ਹੈ, ਬਿਲਕੁਲ, ਖੇਤੀ ਮੰਤਰੀ ਦੀ ਦੇਸ਼ ਦੇ ਖੇਤੀ ਮੰਤਰੀ ਦੀ ਇੰਟਰਵਿਊ ਕਿਉਂ ਨਹੀਂ ਕਰ ਸਕਿਆ ਹੁਣ ਤੱਕ ਇਹਨਾਂ ਚੋਂ ਕੋਈ ਮੀਡੀਆ ਵਾਲਾ, ਬਿਲਕੁਲ, ਉਦੋਂ ਤਾਂ ਬੜੇ ਤੀਸਵਾਂ ਖਰ ਸਮਝਦੇ ਨੇ ਆਪਣੇ ਆਪ ਨੂੰ, ਉੱਥੋਂ ਤੱਕ ਨਹੀਂ ਪਹੁੰਚ ਸਕਿਆ ਉਹਨਾਂ ਨੂੰ, ਕਨਵਿੰਸ ਨਹੀਂ, ਨਾਲੇ ਮੈਂ ਦੇਖੋ ਨਾਲੇ ਮੈਂ ਹੈਰਾਨੀ ਦੀ ਗੱਲ ਹੈ ਕਿ ਦੇਖੋ ਇੱਕ ਚੀਜ਼ਾਂ ਹੁੰਦੀਆਂ, ਸਾਡਾ ਸੰਘਰਸ਼ ਤਾਂ ਦਿਖਾਈ ਨਹੀਂ ਰਹੇ, ਇੱਥੇ ਜੀ ਪੀਜੇ ਬਣ ਰਹੇ ਨੇ, ਇੱਥੇ ਬੂਟ ਵੰਡੇ ਜਾ ਰਹੇ ਨੇ, ਇੱਥੇ ਕਾਜੂ ਵੰਡੇ ਜਾ ਰਹੇ ਨੇ, ਠੀਕ ਹੈ ਕਿ ਉਹ ਚੀਜ਼ ਦਿਖਾਉਣੀ ਜ਼ਰੂਰੀ ਹੈ, ਪਰ ਜਿਹੜੀ ਕਿਸਾਨ ਦੀ ਗੱਲ ਹੈ ਅੱਜ ਤੱਕ, ਏਦਾਂ ਤਾਂ ਫੌਜੀ ਵੀ ਬੰਕਰ ਜਾ ਕੇ ਰੰਮ ਦਾ ਪੈਗ ਲਾ ਕੇ ਜਾਂਦਾ ਹੋਊਗਾ, ਫਿਰ ਬਿਲਕੁਲ ਜਾਂਦਾ, ਆਪਾਂ ਗੋਲੀ ਚੱਲਦੀ ਦੇਖਦੇ ਹਾਂ ਨਾ, ਹਾਂ ਹਾਂ ਹਾਂ, ਉਹਨੇ ਕਿੰਨੇ ਬੰਦੇ ਮਾਰਤੇ ਨੇ ਬਾਹਰ, ਬਿਲਕੁਲ, ਦੁਸ਼ਮਣ ਕਿੰਨਾ ਉਹਨੇ ਮਾਰਤਾ, ਫਰੰਟ ਦਿਖਾਓ ਨਾ ਤੁਸੀਂ, ਬੈਕਐਂਡ ਦੇ ਵਿੱਚ ਬੰਦਾ ਨਹਾ ਕੇ ਕੱਛਾ ਪਾ ਰਿਹਾ ਕਛਹਿਰਾ ਪਾ ਰਿਹਾ, ਇਹ ਦਿਖਾਉਣ ਦੀ ਲੋੜ ਨਹੀਂ, ਉਹਦੀ ਗੋਲੀ ਚੱਲਦੀ ਦਿਖਾਓ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਨੀਲ ਜੀ, ਮਿਹਰਬਾਨੀ, ਮਾਫੀ, ਮੈਂ ਨਾਲੇ ਪੱਤਰਕਾਰ ਆਪਣੇ ਸਾਰੇ ਭਾਈਚਾਰੇ ਤੋਂ ਹੀ ਮਾਫੀ ਮੰਗ ਲੈਣਾ ਕਿ ਜੇ ਕਿਸੇ ਦੀਆਂ ਭਾਵਨਾਵਾਂ ਨਾਲ ਠੇਸ ਪੁੱਜੀ ਹੋਵੇ ਤਾਂ ਮਾਫੀ ਦੇ ਦਿਓ ਜੀ ਜੀ, ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ, ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਭਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ ਮੈਕਸ ਫੋਰਸ ਕਮਿੰਸ ISS